ਸਨਮਾਨਯੋਗ ਗੁਰਸਵਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਜੀਵਨ ਇਤਿਹਾਸ ਬਾਰੇ ਕੁਝ ਵਿਚਾਰਾਂ ਅਸੀਂ ਇੱਕ ਦਿਨ ਪਹਿਲਾਂ ਆਪ ਜੀ ਦੇ ਨਾਲ ਕੀਤੀਆਂ ਸਨ ਉਸ ਤੋਂ ਅੱਗੇ ਥੋੜੀਆਂ ਜਿਹੀਆਂ ਵਿਚਾਰਾਂ ਜਿੰਨਾ ਕ ਸਮਾਂ ਅੱਜ ਹੈ ਆਪ ਦੇ ਨਾਲ ਸੰਜਿਆ ਕਰਾਂਗੇ ਲਗਭਗ 25-30 ਮਿੰਟ ਦਾ ਸਮਾਂ ਹੀ ਬਚਿਆ ਤਾਂ ਉਹਨੇ ਜਿੰਨੀਆਂ ਕਿ ਵਿਚਾਰਾ ਹੋ ਸਕੀਆਂ ਉਹ ਕਰਾਂਗੇ ਗੁਰੂ ਅਮਰਦਾਸ ਪਾਤਸ਼ਾਹ ਗੁਰਗਈ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸੌਂਪ ਕੇ 1 ਸਤੰਬਰ 1574 ਨੌਜੋਤੀ ਜੋ ਸਮਾ ਜਾਂਦੇ ਹਨ ਉਸ ਸਮੇਂ ਉਹਨਾਂ ਨੇ ਜੋ ਉਪਦੇਸ਼ ਦਿੱਤੇ ਉਹ ਸੱਦ ਬਾਣੀ ਜੋ ਰਾਮਕਈ ਰਾਗ ਦੇ ਵਿੱਚ ਹੈ ਉਹਨਾਂ ਦੇ ਪਰਪੋਤੇ ਬਾਬਾ ਸੁੰਦਰ ਜੀ ਦੀ ਰਚਨਾ ਇਸ ਬਾਣੀ ਵਿੱਚ ਗੁਰੂ ਅਮਰਦਾਸ ਜੀ ਦੇ ਜਿੱਥੇ ਪ੍ਰਲੋਕ ਗਮਨ ਦੀ ਤਿਆਰੀ ਤੇ ਮਿਰਤਕ ਦੀਆਂ ਕਿਰਿਆ ਸਬੰਧੀ ਗੁਰਮਰਿਆਦਾ ਦਾ ਜ਼ਿਕਰ ਹੈ ਉਥੇ ਗੁਰੂ ਰਾਮਦਾਸ ਜੀ ਦੇ ਗੁਰੂ ਬਣ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ ਹੈ ਜਦੋਂ ਅਸੀਂ ਪੜ੍ਹਦੇ ਹਾਂ ਇਸ ਬਾਣੀ ਨੂੰ ਹਰ ਭਾਇਆ ਸਤਿਗੁਰੂ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਉ ਰਾਮਦਾਸ ਨੂੰ ਦੀ ਤਿਲਕ ਦਿਆ ਗੁਰ ਸ਼ਬਦ ਸੱਚ ਨਿਸ਼ਾਨ ਜੀਉ ਸਤਿਗੁਰ ਪੁਰਖ ਜੋ ਬੋਲਿਆ ਗੁਰ ਸਿੱਖਾ ਮਾਲੀਰ ਜਾਏ ਜੀਉ ਮੋਰੀ ਪੁੱਤ ਸਰਮੁਖ ਹੋਇਆ ਰਾਮਦਾਸੇ ਪੈਰੀ ਪਾਇ ਜੀਉ ਸਭ ਭਵੇਂ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਜਿਵੇਂ ਨਾਹੀ ਤੇ ਸਤਿਗੁਰੂ ਆ ਨਿਵਾਇਆ ਹਰ ਗੁਰਹ ਬਾਣਾ ਦੀ ਬੜਿਆਈ ਤੁਰ ਲਿਖਾਲੇ ਰਜਾਈ ਜਿਉ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ ਤੇ ਇਹ ਬਾਬਾ ਸੁੰਦਰ ਜੀ ਨੇ RAMKRI ਰਾਗ ਵਿੱਚ ਜੋ ਸੱਦ ਬਾਣੀ ਹੈ ਉਹਦੇ ਵਿੱਚ ਇਹ ਸਾਰਾ ਵਰਣਨ ਕੀਤਾ ਹੈ ਕਿਵੇਂ RAMDAS ਗੁਰੂ RAMDAS ਪਾਤਸ਼ਾਹ ਜੀ ਦੇ ਜਨ ਗੁਰੂ ਬਣਨ ਤੋਂ ਬਾਅਦ ਏ ਮੂਰੀਪਤ ਸਰਮ ਕੋਇਆ ਤੇ ਜਿਹੜੇ ਜਿਹੜੇ ਸੰਮੂਖ ਹੋ ਉਹਨਾਂ ਦੇ ਕਿੰਨੇ ਨਾ ਕੀਤਾ ਖੈਰ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੱਦੀ ਤੇ ਬੈਠਦੇ ਹਨ ਤਾਂ ਜੋਗੀਆਂ ਦਾ ਉਸ ਵੇਲੇ ਕਾਫੀ ਪ੍ਰਭਾਵ ਉਸ ਵੇਲੇ ਵਿੱਚ ਸੀ ਇਹ ਕਰਾਮਾਤੀ ਸ਼ਕਤੀਆਂ ਦੇ ਨਾਲ ਨਾਟਕਾ ਨਾਲ ਨਾਟਕਾ ਚੇਟਕਾਂ ਦੇ ਨਾਲ ਆਮ ਸੰਸਾਰੀਆਂ ਨੂੰ ਭਰਮਾ ਕੇ ਰੱਖਦੇ ਸਨ ਉੱਥੇ ਧਰਮ ਸਿਧਾਂਤਾਂ ਦੀ ਚਰਚਾ ਵਿੱਚ ਵੀ ਬੜੇ ਨਿਪੁੰਨ ਸਨ ਕਿਉਂਕਿ ਆਪ ਆਪਾਂ ਜਾਣਦੇ ਹਾਂ ਕਿਸੇ ਗੋਸ਼ਟ ਬਾਣੀ ਗੁਰੂ ਰਾਮਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਉਚਾਰ ਰੱਖੀ ᱛੀ ਉਹ ਸਾਰੀ ਵਿਚਾਰ ਚਰਚਾ ਦੇ ਉੱਤੇ ਹੀ ਆਧਾਰ ਹੈ। ਤੋਂ ਗੁਰੂ ਰਾਮਦੇਵ ਮਹਾਰਾਜ ਦੀ ਗੁਰਖਮਤੇ ਹੁਣ ਨਾਨਕਮਤਾ ਸਮੇਰ ਪਰਬਤ ਚਲ ਬਟਾਲਾ ਇਹ ਸਾਰੀਆਂ ਜਗ੍ਹਾ ਦੇ ਉੱਤੇ ਤੇ ਹੋਈਆਂ। ਤੋਂ ਗੁਰੂ ਰਾਮਦਾਸ ਮਹਾਰਾਜ ਦੇ ਗੁਰੂ ਬਣਨ ਤੋਂ ਬਾਅਦ ਗੱਦੀ ਨਿਸ਼ਿਨੀ ਤੋਂ ਬਾਅਦ ਸਿੱਧਾ ਦਾ ਘਟੋਲਾ ਗੁਰੂ ਦਰਬਾਰ ਵਿੱਚ ਆਇਆ। ਉਹਨਾਂ ਦਾ ਸੁਭਾਅ ਹੱਠੀ ਹੈ ਜਿੱਦੀ ਸੁਭਾਅ ਹੈ। ਚਰਚਾ ਰੰਭ ਕਰ ਦਿੱਤੀ ਸਤਿਗੁਰਾਂ ਨੂੰ ਅੱਖ ਲੱਗੇ ਕਹਿਣ ਲੱਗੇ ਤੁਸੀਂ ਸਿੱਖਾਂ ਨੂੰ ਅਸ਼ਟ ਜੋਗਤਾ ਸਿਖਾਉਂਦੇ ਨਹੀਂ ਉਸ ਤੋਂ ਬਿਨਾ ਮਨ ਵਸਤ ਨਹੀਂ ਆ ਸਕਦਾ ਤੇ ਭਟਕਣਾ ਮਿਟ ਨਹੀਂ ਸਕਦੀ ਮਨ ਦੀ ਸ਼ਾਂਤੀ ਤੋਂ ਬਿਨਾ ਆਤਮਿਕ ਦਰਸ਼ਨ ਨਹੀਂ ਹੁੰਦੇ ਆਤਮਿਕ ਦਰਸ਼ਨ ਤੋਂ ਬਿਨਾ ਜੁਗਤੀ ਨਹੀਂ ਤੇ ਜਗਤ ਤੋਂ ਬਿਨਾ ਮੁਕਤੀ ਨਹੀਂ ਸਿੱਖਾ ਦਾ ਕੀ ਬਣੇਗਾ ਮੈਂ ਫਿਰ ਉਹ ਗੱਲ ਉਧਰ ਆ ਰਿਹਾ ਦੇ ਬਿਨਾ ਮਨ ਨੂੰ ਵਸ ਵਿੱਚ ਕਰਨ ਤੋਂ ਭਟਕਣਾ ਨਹੀਂ ਮਿੜਦੀ ਮਨ ਦੀ ਸ਼ਾਂਤੀ ਤੋਂ ਬਿਨਾ ਆਤਮ ਦਰਸ਼ਨ ਨਹੀਂ ਹੁੰਦਾ ਆਤਮ ਦਰਸ਼ਨ ਤੋਂ ਬਿਨਾ ਜੁਗਤ ਨਹੀਂ ਆਉਂਦੀ ਤੇ ਜੁਗਤ ਤੋਂ ਬਿਨਾ ਮੁਕਤੀ ਨਹੀਂ ਤੇ ਸਿੱਖਾ ਦਾ ਕੀ ਬਣੇਗਾ ਇਹ ਸਵਾਲ ਉਹਨਾਂ ਨੇ ਕਰ ਦਿੱਤਾ ਨੈਮਾ ਪ੍ਰਕਾਸ਼ ਤੇ ਲਖਾਰੀ ਨੇ ਇਸ ਦਾ ਵਰਣਨ ਕੀਤਾ ਹੈ ਜਿੱਥੇ ਸਾਖੀ ਦੂਜੀ ਪਾਤਸ਼ਾਹ ਦੂਜੀ ਸਾਖੀ ਦੂਜੀ ਪਾਤਸ਼ਾਹ ਚੌਥੀ ਸਰਲੇਖ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਏ ਗੁਰ ਤੁਮਰੀ ਸੰਗਤ ਦੇਖੀ ਕਿ ਜੋਗ ਸਾਧਨ ਆ ਜਗਤ ਨ ਅਪੇਖੀ ਬਿਨਾ ਜੋਗ ਮਨ ਹੋਏ ਨਾ ਸ਼ਾਂਤ ਬਿਨ ਜੋਗ ਨਹੀਂ ਬਿਟੇ ਭਰਾਤ ਜੋਗ ਤੇ ਹੋਏ ਗਿਆਨ ਪ੍ਰਗਾਸ ਪਾਏ ਗਿਆਨ ਮੁਕਤ ਸੁਖਰਾਸ ਸਤਿਗੁਰੂ ਬੜੇ ਸ਼ਾਂਤ ਸੁਭਾਅ ਦੇ ਗੁਰੂ ਰਾਮਦਾਸ ਮਹਾਰਾਜ ਦਾ ਸੁਭਾਅ ਬੜਾ ਸ਼ਾਂਤੀ ਵਾਲਾ ਹੈ ਜੁਗਿਆ ਨੂੰ ਬੜੇ ਧਰਮੇ ਨਾਲ ਸਮਝਾਇਆ ਕਿ ਗੁਰਸਿੱਖ ਜੋਗ ਦੀ ਨਹੀਂ ਸ਼ਬਦ ਗੁਰੂ ਦੀ ਅਗਵਾਈ ਵਿੱਚ ਚੱਲ ਕੇ ਪ੍ਰਭੂ ਦੀ ਬੰਦਗੀ ਪ੍ਰਭੂ ਦੀ ਸੇਵਸਲਾ ਵਿੱਚ ਚਿੱਤ ਜੋੜਦੇ ਹਾ ਧਿਆਨ ਜੋੜਦੇ ਹਾਂ ਅੰਮ੍ਰਿਤ ਵੇਲੇ ਉੱਠ ਕੇ ਤਲਕੇ ਜਿਹਨੂੰ ਅਸੀਂ ਕਹਿੰਦੇ ਹਾਂ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜਦੇ ਨੇ ਸੰਗਤ ਵਿੱਚ ਜਾ ਕੇ ਪ੍ਰਭੂ ਦੇ ਗੁਣ ਗਾਇਨ ਕਰਦੇ ਹਾਂ ਫਿਰ ਦਿਨ ਭਰ ਗੁਰੂ ਦੇ ਉਪਦੇਸ਼ਾਂ ਦੀ ਕਮਾਈ ਕਰਦੇ ਇਹ ਨਹੀਂ ਵੀ ਸਵੇਰੇ ਜੋ ਕਰ ਲਿਆ ਤੇ ਉਹ ਭੁੱਲ ਗਏ ਜੋ ਉਪਦੇਸ਼ ਦਿਨ ਸਵੇਰੇ ਪੜਿਆ ਸਾਰਾ ਦਿਨ ਉਸ ਉਪਦੇਸ਼ ਨੂੰ ਕਮਾਉਂਦੇ ਹਾਂ ਹੱਥ ਕਾਰਵਲ ਤੇ ਚਿਤ ਕਰਤਾਰ ਵੱਲ ਰੱਖਦੇ ਹਾਂ ਇਹ ਸ੍ਰੀ ਉਪਦੇਸ਼ ਗੁਰੂ ਘਰ ਦਾ ਇਹ ਹੱਥ کارਵਲ ਦੇਖਿਤ کارਵਲ ਇਹ ਸ੍ਰੀ ਉਪਦੇਸ਼ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਸਤਗੁਰੂ ਜੀ ਕਰ ਲੱਗੇ ਜੋਗਿਓ ਜੀਵਨ ਦੀ ਅਸਲੀ ਜੋਤ ਵੀ ਹੋਈ ਹੈ ਜੀਵਨ ਜੋ ਜਹਾ ਹਾਦਸਾਤ ਨਾਲ ਨਹੀਂ ਕਮਾਇਆ ਜਾਂਦਾ। ਪ੍ਰਭੂ ਦੀ ਨੇੜਤਾ ਹਾਸਲ ਕਰਨੀ ਹੈ ਤਾਂ ਵਿਕਾਰਾਂ ਤੋਂ ਮੁਕਤੀ ਚਾਹੀਦੀ ਹੈ। ਸੰਸਾਰ ਤੋਂ ਭੱਜਣ ਦੀ ਨਹੀਂ। ਸੰਸਾਰ ਤਿਆਗਣ ਦੀ ਨਹੀਂ। ਜਿਹੜੇ ਗੁਰਸਿੱਖ ਜੋਗੀ ਹਨ ਇਹ ਮਾਇਆ ਵਿੱਚ ਉਦਾਸੀ ਰਹਿੰਦੇ ਨੇ। ਔਰ ਗੁਰਸਿੱਖ ਜੋਗੀਆਂ ਦਾ ਸੁਭਾਅ ਮਾਇਆ ਵਿੱਚ ਉਦਾਸੀਆਂ ਵਾਲਾ ਹੈ। ਤੇ ਮਾਇਆ ਵਿੱਚ ਉਦਾਸੀ ਰਹਿ ਕੇ ਜਿੱਥੇ ਉਹ ਆਪਣਾ ਜੀਵਨ ਸਫਲ ਕਰਦੇ ਹਨ ਉੱਥੇ ਆਪਣੇ ਆਲੇ ਦੁਆਲੇ ਨੂੰ ਵੀ ਪ੍ਰਭੂ ਦੇ ਪਿਆਰ ਵਿੱਚ ਰੰਗਦੇ ਹਨ। ਕੱਲੇ ਆਪਣੇ ਨੂੰ ਨਹੀਂ ਰੰਗਦੇ ਉਹ ਪ੍ਰਭੂ ਦੇ ਆਪਣੇ ਆਲੇ ਦੁਆਲੇ ਨੂੰ ਪ੍ਰੀਤਮ ਦੇ ਪਿਆਰ ਵਿੱਚ ਰੰਗਦੇ ਹਨ ਹਰ ਬੰਦਾ ਪ੍ਰਭੂ ਦੀ ਜੋਤ ਜਾਣ ਕੇ ਸਮਾਜ ਵਿੱਚ ਜੀਵਨ ਬਤੀਤ ਕਰਦੇ ਹਨ ਇਹ ਸੱਜਣਾ ਸਿੱਖ ਹੈ ਕਿ ਹਰ ਬੰਦੇ ਵਿੱਚ ਪ੍ਰਭੂ ਦੀ ਜੋਤ ਜਾਂਦਾ ਹੈ ਤੇ ਇਹਨੂੰ ਸਮਝ ਆ ਗਈ ਹੈ ਕਿ ਸਭ ਮੈਂ ਜੋਤ ਜੋਤ ਹੈ ਸੁਰੇ ਤੇ ਕਲ ਦੀ ਨੂੰ ਸਮਝ ਆ ਗਈ ਹੈ ਇਸ ਦੇ ਉਲਟ ਜੋਗੀ ਜਿਹੜੇ ਨੇ ਉਹ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ ਪਹਾੜਾਂ ਜੰਗਲਾਂ ਦੀ ਅਕੰਧਰਾ ਵਿੱਚ ਜਾ ਛੁਪਦੇ ਨੇ ਜੰਗਲਾਂ ਵਿੱਚ ਬੈਠ ਜਾਂਦੇ ਨੇ ਇਕੱਠ ਸੁਨਾਹ ਦਾਵਾ ਕਰਦੇ ਨੇ ਪਰ ਮਨ ਵਿੱਚ ਬਸ ਫਿਰ ਵੀ ਨਹੀਂ ਆਉਂਦਾ ਮਨ ਵਿੱਚ ਬਸ ਧਰਸਾਬ ਦਾ ਨਾਮ ਨਹੀਂ ਆਉਂਦਾ ਮਨ ਬਸ ਹੁੰਦਾ ਹੈ ਜੇ ਵਾਹਿਗੁਰੂ ਦੀ ਪੂਰੀ ਕਿਰਪਾ ਹੋ ਜਾਏ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ ਜੇ ਪੂਰੀ ਕਿਰਪਾ ਹੋ ਜਾਏ ਪ੍ਰਭੂ ਦੇ ਦੱਸੇ ਮਾਰਗ ਤੇ ਚੱਲ ਕੇ ਪਰਮਾਤਮਾ ਦੇ ਦੱਸੇ ਮਾਰਗ ਤੇ ਚੱਲ ਕੇ ਉਹਦੀ ਵਡਿਆਈਆਂ ਕਰਨ ਨਾਲ ਅਮਰਤ ਵੇਲਾ ਸੱਚ ਨਾਲੋ ਵਡਿਆਈ ਵਿਚਾਰ ਦੀ ਗੱਲ ਕਰਨ ਦੇ ਨਾਲ ਫਿਰ ਮਨ ਵਸ ਵਿੱਚ ਆਉਂਦਾ ਠੀਕ ਪਾਸੇ ਤੁਰਦਾ ਹੈ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਜਿਹੜੇ ਸੇਖਾ ਨੇ ਆਪਣੇ ਆਪ ਨੂੰ ਵਿਕਾਰਾਂ ਵਾਲੇ ਪਾਸਿਓਂ ਰੋਕ ਕੇ ਪ੍ਰਭੂ ਪ੍ਰੀਤ ਦੇ ਵਿੱਚ ਆ ਜਾਂਦੇ ਹਨ ਤੇ ਉਹਦੇ ਵਿੱਚ ਲੀਨਤਾ ਹਾਸਲ ਕਰ ਲੈਂਦੇ ਤੇ ਉਹਦੇ ਚ ਲੀਨ ਹੋਣਾ ਹੀ ਸਾਡੀ ਮੁਕਤੀ ਹੈ ਪਰਮਾਤਮਾ ਵਿੱਚ ਲੀਨ ਹੋਣਾ ਹੀ ਸਾਡੀ ਮੁਕਤੀ ਹੈ ਸਾਡੀ ਮੁਕਤੀ ਜਿਉਂਦਿਆਂ ਹੀ ਹੈ ਮਰਨ ਤੋਂ ਬਾਅਦ ਦੀ ਮੁਕਤੀ ਦਾ ਸਿਧਾਂਤ ਜਿਹੜਾ ਸਾਡੇ ਕੋਲ ਨਹੀਂ ਹੈ ਇਹੀ ਗਾਲ ਗੁਰੂ ਪਾਤਸ਼ਾਹ ਨੇ ਜਦੋਂ ਦਸੀ ਤੇ ਜੋਗੀ ਝੁੱਕ ਕੇ ਕਹਿੰਦੇ ਨੇ ਉਹਨਾਂ ਨੂੰ ਉੱਤਰ ਕੋਈ ਨਾ ਆਇਆ ਇਹਦਾ ਜਵਾਬ ਕੋਈ ਨਹੀਂ ਸੀ ਆਏ ਸਭ ਸੰਗਤਾਂ ਦੇ ਵਿੱਚ ਉਹ ਆਪਣੀ ਟੌਰ ਬਣਾਉਣ ਦੇ ਲਈ ਆਪਣੀ ਭਲ ਬਣਾਉਣ ਦੇ ਲਈ ਪਰ ਗੁਰੂ ਗਿਆਨ ਦੀ ਰੋਸ਼ਨੀ ਦੇ ਵਿੱਚ ਗੁਰੂ ਗਿਆਨ ਦੇ ਪ੍ਰਕਾਸ਼ ਵਿੱਚ ਆਪਣੇ ਮਤ ਦਾ ਖੋਖਲਾ ਪੰਨ ਜਿਹੜਾ ਸੀ ਖਾਲੀ ਪੰਨ ਜਿਹੜਾ ਸੀ ਉਹ ਹੀ ਵਿਚਾਰ ਕੀਤਾ ਗੁਰੂ ਦੇ ਅੱਗੇ ਜਵਾਬ ਹੀ ਨਾ ਹੋਵੇ ਲਾ ਜਵਾਬ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਇਹ ਇੱਕ ਹੋਰ ਘਟਨਾ ਹੁੰਦੀ ਹੈ ਤਪੇ ਦੀ ਜਿਹਨੇ ਸਿੱਖੀ ਨੂੰ ਉਤਾਰਨ ਕੀਤਾ ਅਬ ਅਸੀਂ ਪਿੱਛੇ ਜਦੋਂ ਪਿਛਲੀ ਵਾਰੀ ਆਪਾਂ ਵਿਚਾਰ ਕੀਤੀ ਸੀ ਕਿ ਜੇ ਗੋਇੰਦਵਾਲ ਸਿੱਖ ਤਪਾ ਸੀ ਖਡੂਰ ਸਾਹਿਬ ਦੀ ਤਪਾ ਸੀ ਮੈਂ ਸਿਰਫ ਛੋਟੀ ਜੀ ਉਹ ਘਟਨਾ ਜ਼ਿਕਰ ਕਰਕੇ ਅੱਗੇ ਨਹੀਂ ਚੱਲ ਪਾ ਇੱਕ ਤਪਾ ਗੋਇੰਦਵਾਲ ਰੰਦਾ ਸੀ ਜਿਹੜਾ ਹੱਤ ਸਾਧਨਾ ਤਪੱਸਿਆ ਕਰਨੀ ਤਾਂ ਤਪਾ ਮਤਲਬ ਹੀ ਤਪ ਕਰਨ ਵਾਲਾ ਗੁਰੂ ਸਾਹਿਬ ਦੇ ਪ੍ਰਚਾਰ ਨੇ ਲੋਕਾਂ ਦੇ ਵਿੱਚ ਉਹਦੀ ਹਾਲਤ ਬੜੀ ਖਸਤਾ ਜੀ ਕਰ ਦਿੱਤੀ ਜਿਹੜਾ ਗੁਰੂ ਸਾਹਿਬ ਦਾ ਪ੍ਰਚਾਰ ਸੀ ਉਹਦੀ ਭਾ ਭਲ ਬਣੀ ਹੋਈ ਖਤਮ ਹੋ ਗਈ ਲੋਕ ਸਮਝ ਗਏ ਸੀ ਕਿ ਤਵਾ ਦਾ ਸਿਰਫ ਆਪਣੀ ਵਟਿਆਈ ਆਪਣੀ ਸ਼ੋਹਰਤ ਦਾ ਭੁੱਖਾ ਹੈ ਇਹ ਹੱਡ ਹਰਾਮੀ ਹੈ ਇਹ ਧੰਦਾ ਲੋਭੀ ਹੈ ਨਾ ਤਾਂ ਇਹਨੂੰ ਕੋਈ ਅਧਿਆਤਮਿਕ ਗਿਆਨ ਹੈ ਤੇ ਨਾ ਹੀ ਇਹਨੂੰ ਰੱਬ ਦੇ ਘਰ ਦੀ ਕੋਈ ਸੋਝੀ ਹੈ ਤੇ ਨਾ ਹੀ ਉਹ ਲੋਕਾਂ ਦੇ ਦੁੱਖ ਵਿੱਚ ਦੁੱਖ ਸੁੱਖ ਵਿੱਚ ਕੋਈ ਦੀ ਸਹਾਇਤਾ ਕਰ ਸਕਦਾ ਉਦਾਂ ਉਹ ਦੁਕਾਨ ਇਹ ਗੱਲ ਸਮਝ ਆ ਗਈ ਸੀ ਲੋਕਾਂ ਵਿੱਚ ਜਦੋਂ ਉਹਦੀ ਮਾਨਤਾ ਘਟ ਗਈ ਤਾਂ ਬੜਾ ਗਰੁੱਝਦਾ ਸੀ ਅੰਦਰੋਂ ਬੜਾ ਸੜਦਾ ਸੀ ਵੀ ਲੋਕਾਂ ਨੂੰ ਪ੍ਰਚਾਰ ਵੀ ਕਰਦਾ ਹੈ ਕਾਦੇ ਧਰਮੀ ਬੁਰਸ਼ਨ ਨਾ ਇਹ ਤਾਂ ਜਪ ਕਰਦੇ ਐ ਨਾ ਇਹ ਤਪ ਕਰਦੇ ਐ ਨਾ ਕੋਈ ਯੋਗ ਸਾਧਨਾ ਕਰਦੇ ਐ ਨਾ ਕੋਈ வேத ਸਾਹਿਤਰ ਪੜ੍ਹਦੇ ਐ ਨਾ ਕੋਈ ਪੁੰਨਦਾਨ ਕਰਦੇ ਨੇ ਨਾ ਤੀਰਥਾਂ ਤੇ ਯਾਤਰਾ ਕਰਦੇ ਨਾ ਵਰਤ ਰੱਖਦੇ ਨਾ ਕਵਰਾਂ ਦੇ ਉੱਤੇ ਜਾਂ ਮੜੀਆਂ ਨੂੰ ਪੂਜਦੇ ਐ ਦੇਵੀ ਦੇਵਤਿਆਂ ਨੂੰ ਇਹ ਨਹੀਂ ਮੰਨਦੇ ਬਸ ਆਪਣੇ ਗੁਰੂ ਦੀ ਬਾਣੀ ਤੇ ਗੁਰੂ ਦੇ ਸ਼ਬਦ ਨੂੰ ਪਾਠ ਤੇ ਕੀਰਤਨ ਕਰੀ ਜਾਂਦੇ ਨੇ ਲੋਕਾਂ ਦੇ ਵਿੱਚ ਕਹਿੰਦਾ ਵੀ ਇਦਾਂ ਥੋੜੀ ਕੋਈ ਧਰਮ ਕਮਾਇਆ ਜਾਂਦਾ ਵੀ ਇਹਨਾਂ ਨੂੰ ਬਸ ਸਿੱਖੋ ਯਾਬੇ ਆਪਣੇ ਗੁਰੂ ਦੇ ਸ਼ਬਦ ਨੂੰ ਬੜਲੋ ਗੁਰੂ ਦੇ ਸ਼ਬਦ ਨੂੰ ਕਿੰਗਾ ਆਲੋਕ ਨੂੰ ਕਮਾਈ ਕਰ ਲੋ ਤੇ ਉਹ ਜਿਹੜੇ ਕੋਈ ਹੰਕਾਰ ਹੀ ਹੁੰਦੇ ਨੇ ਜਾਤ ਭਵਾਨੀ ਹੁੰਦੇ ਨੇ ਜਾਤ ਦਾ ਹੰਕਾਰ ਜਿਹਨਾਂ ਨੂੰ ਹੁੰਦਾ ਉਹਨਾਂ ਨੇ ਆਪਣੇ ਚੇਲੇ ਚਾਟਣੇ ਚੁੱਕ ਚਾ ਕੇ ਇੱਕ ਦਿਨ ਗੁਰੂ ਦਰਵਾਜ਼ੇ ਆ ਕੇ ਪਹੁੰਚ ਗਏ ਤੇ ਗੁਰੂ ਪਾਤਸ਼ਾਹ ਨੂੰ ਆ ਕੇ ਕਹਿਣ ਲੱਗੇ ਆ ਕੇ ਤੁਮਰੇ ਸਿੱਖ ਦੀ ਸੇ ਅਭਿਮਾਨੀ ਵੇਦ ਪੁਰਾਨ ਤੀਰਥ ਨਹੀਂ ਜਾਣੀ ਤੁਮਰੇ ਸਿੱਖ ਤੁਮੀ ਹੀ ਕੋ ਜਾਣੇ ਤੇ ਤੁਹਾਨੂੰ ਹੀ ਮੰਨਦੇ ਨੇ ਕੱਲੇ ਵਾਹਿਗੁਰੂ ਮੁਖ ਜਾਪ ਬਖਾਨੇ ਨਹੀਂ ਦਿੱਸੇ इनको ਧਰਮ ਸੁਭਾਉ ਮੈਂ ਤਾਂ ਕੋ ਧਰਮ ਹੀ ਨਹੀਂ ਦਿਸਾਈ ਨਹੀਂ ਇਹ ਤੁਹਾਰ ਤੋਂ ਬਿਨਾ ਕਿਸ ਦੀ ਗੱਲ ਨਹੀਂ ਕਰਦੇ ਇਹ ਮਹਿਮਾ ਪ੍ਰਕਾਸ਼ ਦੇ ਵਿੱਚ ਉਹਨੇ ਲਿਖਿਆ ਮਹਿਮਾ ਪ੍ਰਕਾਸ਼ ਦੇ ਕਰਤੇ ਨੇ ਇਹ ਕਵਿਤਾ ਜੁੜੀ ਹੈ ਉਹ ਚ ਬਿਆਨ ਕੀਤੀ ਹੈ ਮਹਿਮਾ ਪ੍ਰਕਾਸ਼ ਦੇ ਵਿੱਚ ਸਾਖੀ ਤੀਜੀ ਪਾਸੇ ਚੌਥੀ ਦੇ ਸਰਲੇਖੜੇ ਗੱਲਾਂ ਦਰਸ ਨੇ ਤਾਂ ਇਹਦਾ ਤੁਹਾਡੇ ਸਿੱਖਾ ਦੀ ਮੁਕਤੀ ਕਿਵੇਂ ਹੋਵੇਗੀ ਇਹਨਾਂ ਨੂੰ ਸਵਰਗਾ ਦੀ ਪ੍ਰਾਪਤੀ ਨਹੀਂ ਹੋਣੀ ਗੁਰੂ ਜੀ ਦੇ ਗੁਰੂ ਜੀ ਤਵੇ ਦੀ ਚਲਾਕੀ ਨੂੰ ਸਮਝ ਗਏ ਤੇ ਬੜੇ ਹੌਸਲੇ ਨਾਲ ਉਹਨਾਂ ਨੂੰ ਸਮਝਾਇਆ ਜੇ ਤੁਸੀਂ ਗੱਲਾਂ ਕੀਤੀਆਂ ਹਨ ਅਸੀਂ ਇਹਨਾਂ ਵਿੱਚੋਂ ਸਿੱਖਾ ਨੂੰ ਕਦੋਂ ਤਾਂ ਕੱਢ ਲਿਆ ਹੈ ਇਹ ਜਿਹੜੀ ਗੱਲਾਂ ਤਵਾ ਜੀ ਤੁਸੀਂ ਸਾਨੂੰ ਸਮਝਾਉਂਦੇ ਹੋ ਅਸੀਂ ਤਾਂ ਸਿੱਖਾ ਨੂੰ ਬੜੀ ਧੀਰਧਤਾ ਤੋਂ ਕੱਢ ਦਿੱਤਾ ਗੁਰੂ ਨਾਨਕ ਦੇ ਮਤ ਨੇ ਤਾਂ ਸਿੱਖਾ ਨੂੰ ਇਹ ਗੱਲ ਪਈ ਸਮਝਾਈ ਹੀ ਨਹੀਂ ਸੀ ਹੁਣ ਇਹ ਵੇਦ ਸ਼ਾਸਤਰ ਦੀ ਰੀਤਾ ਤੇ ਕਰਮकांड ਨਹੀਂ ਕਰਦੇ। ਸਵਰਗ ਦੀ ਇਛਾ ਨਹੀਂ ਕਰਦੇ, ਨਰਕ ਦਾ ਡਰ ਕੋਈ ਨਹੀਂ ਇਹਨਾਂ ਨੂੰ। ਸੰਸਾਰਕ ਸੁੱਖਾਂ ਦੀ ਜਿਹੜੀ ਪ੍ਰਾਪਤੀ ਹੈ, ਇਹ ਉਹਨਾਂ ਤੋਂ ਉੱਤੇ ਹੋ ਚੁੱਕਿਆ ਹਨ ਇਹਨਾਂ ਨੂੰ, ਉਹਨਾਂ ਦੀ ਵੀ ਕੋਈ ਖਾਸ਼ ਨਹੀਂ। ਆਪਣੀ ហੋਮੇ ਨੂੰ ਪੱਠੇ ਪਾਉਣ ਦਾ ਕੰਮ ਇਹ ਨਹੀਂ ਕਰਦੇ। ਨਾ ਹੀ ਆਪਣੀ ਵਡਿਆਈ ਕਰਦੇ ਹਨ। ਇਹ ਦੱਸ ਸਕੋ ਸਾਰੇ ਸੰਸਾਰ ਦੇ ਮੂਰਖਾਂ ਨੂੰ ਇੱਕ ਜੋਤ ਜਾਣ ਕੇ ਉਹਨਾਂ ਦੀ ਸੇਵਾ ਕਰਦੇ ਹਨ ਤੇ ਆਪਣੇ ਮਨ ਵਿੱਚ ਨਿਮਰਤਾ ਧਾਰਨ ਕਰਦੇ ਹਨ। ਹੱਥੋਂ ਦੇ ਕੇ ਪਲਾ ਮਨਾਉਂਦੇ ਹਾਂ ਜੋ ਕੁਝ ਤਪਾਜੀ ਤੁਸੀਂ ਤਪ ਸਾਧਨਾ ਕਰਕੇ ਪ੍ਰਾਪਤ ਕੀਤਾ ਜਾਂ ਪ੍ਰਾਪਤ ਕਰ ਸਕਦੇ ਸੀ ਉਸ ਤੋਂ ਕਈ ਗੁਣਾ ਮੇਰੇ ਇਹ ਪਿਆਰੇ ਗੁਰਸਿੱਖਾਂ ਨੇ ਪ੍ਰਭੂ ਦੀ ਪ੍ਰਮਾਤਮਾ ਦੀ ਬੰਦਗੀ ਕਰਕੇ ਉਹਦੀ ਸ਼੍ਰੀਮਸਲਾ ਵਿੜਾਈ ਕਰਕੇ ਇਹ ਸਭ ਕੁਝ ਪ੍ਰਾਪਤ ਕਰ ਲਿਆ ਹੋਇਆ ਹੈ ਸਾਦੋਂ ਉਹ ਕੰਮ ਗੁਰੂ ਨੇ ਉਹ ਕੰਮ ਕਰਨ ਦੀ ਲੋੜ ਹੀ ਨਹੀਂ ਇਹ ਤਾਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਆਪਣਾ ਲੋਕ ਪ੍ਰੋਗ ਸਭ ਸੁਹੇਲਾ ਕਰ ਲੈਂਦੇ ਆ ਸਾਨੂੰ ਉਹਨਾਂ ਚੀਜ਼ਾਂ ਦੀ ਪਰੇ ਤੁਸੀਂ ਤਾਂ ਕੇਵਲ ਸਰੀਰ ਨੂੰ ਕਸ਼ਟ ਦੇਣ ਵਾਲੇ ਕਰਮ ਕਰਕੇ ਲੋਕਾਂ 'ਚ ਫੋਕੀ ਆਪਣੀ ਟੌਰ ਬਣਾਉਣ ਦੀ ਗੱਲ ਕਰਦੇ ਹੋ ਇਸ ਤੋਂ ਅੱਗੇ ਤੁਸੀਂ ਕੋਈ ਜਾਣਦੇ ਨਹੀਂ ਨਾ ਤੁਹਾਨੂੰ ਰੱਬ ਦਾ ਘਰ ਤੇ ਨਾ ਰੱਬ ਦਾ ਦਰ ਤੇ ਨਾ ਰੱਬ ਦੀ ਗੱਲ ਦੀ ਕੋਈ ਸੋਝੀ ਹੈ ਤੇ ਨਾ ਹੀ ਪ੍ਰਭੂ ਪ੍ਰੀਤ ਦਾ ਕਰੀ ਤੁਸੀਂ ਆਨੰਦ ਮਾਣਿਆ ਪ੍ਰੀਤ ਤੋਂ ਸਖੜੇ ਤੁਸੀਂ ਉਹਨਾਂ ਕੜਛੀਆਂ ਵਰਗੇ ਹੋ ਜਿਹੜੀਆਂ ਫਿਰਦੀਆਂ ਤਾਂ ਹਨ ਪਰ ਸਵਾਦ ਨਹੀਂ ਮੰਨਦੀ ਤੁਹਾਡਾ ਹਾਲ ਤੇ ਹੈ ਲੋਕਾਂ ਦੀ ਸੇਵਾ ਤਾਂ ਤੁਸੀਂ ਕੀ ਕਰਨੀ ਲੋਕਾਂ ਦੇ ਭਾਰ ਬਣ ਕੇ ਤੁਸੀਂ ਜਿਉਂਦੇ ਹੋ ਤੇ ਕਾ ਲੱਗੇ ਸਤਿਗੁਰੂ ਪਾਤਸ਼ਾਹ ਦਾ ਨਾਮ ਜਪਿਆ ਕਰੋ ਮਨ ਸੰਤੋਖ ਵਿੱਚ ਆ ਜਾਂਦਾ ਹੈ ਮਨ ਸ਼ਾਂਤ ਵਿੱਚ ਆ ਜਾਂਦਾ ਹੈ ਖਾਸ਼ਾ ਮੁੱਕ ਜਾਂਦੀਆਂ ਹਨ ਤੁਹਾਡੇ ਅੰਦਰ ਉਹ ਖਾਸ਼ਾ ਮੁੱਕ ਜਾਂਣਗੀਆਂ ਤੇ ਫਿਰ ਤਿਆਗ ਅੰਦਰ ਪੈਦਾ ਹੁੰਦਾ ਹੈ ਨਾਮ ਨਾਲ ਕੁਰਬਾਨੀ ਦਾ ਭਾਵਨਾ ਪੈਦਾ ਹੁੰਦੀ ਹੈ ਸੇਵਾ ਦੇ ਬਲਵਲੇ ਮਨ ਵਿੱਚ ਪੈਦਾ ਹੁੰਦੇ ਨੇ ਗੁਰੂਖਤਾ ਦੀ ਸੇਵਾ ਕਰਨ ਦਾ ਚਾਹ ਪੈਦਾ ਹੁੰਦਾ ਤੇ ਜਦੋਂ ਇਹ ਚੀਜ਼ਾਂ ਆ ਜਾਂਦੀਆਂ ਨੇ ਤੇ ਇਹਨਾਂ ਦਾ ਲੋਕ ਪਰ ਲੋਕ ਵੈਸੇ ਹੀ ਸਵਾਰਿਆ ਜਾਂਦਾ ਹੈ ਜਦੋਂ ਕਿਸੇ ਦੇ ਜੀਵਨ ਇਹ ਚੀਜ਼ ਆ ਜਾਂਨ ਉਹਨੂੰ ਫਿਰ ਇਹ ਸੋਚਣ ਦੀ ਲੋੜ ਨਹੀਂ ਮਰਨ ਤੋਂ ਬਾਅਦ ਮੁਕਤੀ ਲੈਣੀ ਹੈ ਤੇ ਜਦੋਂ ਕਹਿੰਦੇ ਨੇ ਵੀ ਗੁਰੂ ਸਾਹਿਬ ਦਾ ਇੱਕ ਇੱਕ ਸ਼ਬਦ ਜਿਹੜਾ ਸੀ ਉਹ ਤਪੇ ਦੇ ਮਨ ਤੇ ਤੀਰ ਵਾਂਗੂ ਵੱਜਦਾ ਸੀ ਕਰਮ ਖੰਡਾਂ ਦੀ ਜਿਹੜੀ ਵੈਲਿਊ ਉਸ ਉਜਾੰਦਾਈ ਸੀ ਵੀ ਇਹਦੇ ਪੱਲੇ ਤੇ ਕੁਝ ਹੈ ਨਹੀਂ ਇਹ ਪਹਿਲੇ ਹੀ ਜਾਣਦਾ ਸੀ ਇੰਨਾ ਅਸਰ ਹੋਇਆ ਸਤਗੁਰ ਤੇ ਇਹਨਾਂ ਬਚਨਾਂ ਦਾ ਤੇ ਕਹਿੰਦੇ ਤਬਾ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਸਿੱਖੀ ਦਾ ਦਾਣ ਬਖਸ਼ਣ ਦੀ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਸਿੱਖੀ ਦਾ ਦਾਣ ਬਖਸ਼ ਦੇ। ਸਤਗੁਰੂ ਜੀ ਕਿਰਪਾ ਦੇ ਘਰ ਚ ਆਉਂਦੇ ਨੇ। ਬਖਸ਼ਿਸ਼ ਦੇ ਘਰ ਆਇਆ ਤੇ ਤੱਵੇਂ ਉਹ ਸਿੱਖ ਸੰਗਤਾਂ ਵਿੱਚ ਸ਼ਾਮਲ ਕਰ ਲਿਆ। ਪਖੰਡ ਤੇ ਛੱਡ ਕੇ ਸੇਵਾ ਦਾ ਜੀਵਨ ਜਿਹੜਾ ਸੀ ਉਹ ਤਫਾ ਬਤੀਤ ਕਰਨ ਲੱਗ ਪਿਆ। ਤੋਂ ਸਿੱਖ ਸੰਗਤਾਂ ਜਿਹੜੀਆਂ ਸੀ ਉਹ ਬਹੁਤ ਵੱਡੀ ਗਿਣਤੀ ਵਿੱਚ ਹੁਣ ਗੁਰੂ ਦਰਬਾਰ ਵਿੱਚ ਆਉਣੀਆਂ ਸ਼ੁਰੂ ਹੋਈਆਂ। ਆਪਦੀਆਂ ਕੋ ਸਿੱਖਾਤ ਸਿੱਖੀ ਦਾ ਦਾਇਰਾ ਬਹੁਤ ਵੱਡਾ ਹੋ ਚੁੱਕਾ ਸੀ। ਗੁਰ ਆ ਕੇ ਗੁਰੂ ਉਪਦੇਸ਼ ਨੂੰ ਜਦੋਂ ਗ੍ਰਹਿਣ ਕਰਦਿਆਂ ਤੇ ਫਿਰ ਜਦੋਂ ਆਪਣੇ ਇਲਾਕੇ ਚ ਵਾਪਸ ਜਾਂਦੇ ਗੁਰੂ ਦੀ ਵਡਿਆਈ ਕਰਦੇ ਲੋਕਾਂ ਨੂੰ ਗੁਰੂ ਦੀਆਂ ਸਿੱਖਿਆਵਾਂ ਸੁਣਾਉਂਦੇ ਵੱਡੇ ਵੱਡੇ ਸਿੱਧ ਜਪੀ ਤਬੀ ਹੋਰ ਜਿਹੜੇ ਸਾਧ ਸੰਤ ਪਖੰਡੀ ਇਹ ਗੁਰੂ ਬਾਦਸ਼ਾਹ ਜਦੋਂ ਬਚਨ ਬिलास ਕਰਕੇ ਜਾਂਦੇ ਤਾਂ ਗੁਰੂ ਗਿਆਨ ਦੀ ਜਿਹੜੀ ਰੋਸ਼ਨੀ ਸੀ ਉਹਨੂੰ ਅੱਖਾਂ ਨਾਲ ਵੇਖਦੇ ਤਾਂ ਫਿਰ ਗੁਰੂ ਜੀ ਦੀਆਂ ਸਿੱਖਿਆਵਾਂ ਦੀ ਵਡਿਆਈ ਕਰਦੇ ਇਸ ਤਰ੍ਹਾਂ ਗੁਰਬਤ ਦਾ ਕੰਮ ਜਿਹੜਾ ਸੀ ਹੌਲੀ ਹੌਲੀ ਇਸ ਸੱਜੇ ਆਪ ਹੀ ਵਧਣ ਲੱਗ ਪਿਆ ਆਪ ਜੀ ਨੇ ਜਿਹੜੇ ਮੰਜੀਦਾਰ ਸਨ ਉਹਨਾਂ ਨੂੰ ਵੀ ਇਕੱਠਾ ਕੀਤਾ ਜਿਹੜੀ 22 ਮੰਜੀਆਂ ਦੀ ਗੱਲ ਕਰਦੇ ਆ ਉਹਨਾਂ ਨੂੰ ਧਰਮ ਪ੍ਰਚਾਰ ਦਾ ਕਾਰਜ ਜਾਂ ਧਰਮ ਪ੍ਰਚਾਰ ਦਾ ਕੰਮ ਲਗਨ ਲਾ ਕੇ ਕਰਨ ਦੀ ਗੱਲ ਕੀਤੀ ਵੀ ਤੁਸੀਂ ਲਗਨ ਲਾ ਕੇ ਇਹਨੂੰ ਨਿਭਾਓ ਮੰਜੀਦਾਰ ਨੂੰ ਸਮਝਾਇਆ ਕਿ ਕੋਈ ਵੀ ਆਪ ਹੁਦਰਾ ਪਰ ਨਾ ਕਰੇ ਸਾਰੇ ਗੁਰਨਾਮ ਦੇ ਮਹਾਰਾਜ ਦੇ ਵਿਦੇਸ਼ਾਂ ਦਾ ਹੀ ਪ੍ਰਚਾਰ ਕਰਨ ਸ਼ਬਦ ਦਾ ਲੰਗਰ ਵਰਤੋ ਤੂੰ ਇਥੇ ਗੱਲ ਸਾਬਤ ਹੁੰਦੀ ਹੈ ਕਿ ਗੁਰੂ ਸਾਹਿਬ ਜੀ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦੀ ਪ੍ਰਧਾਨਤਾ ਨੂੰ ਕਦੀ ਵੀ ਇਸਲਾਮ ਬੇ ਨਹੀਂ ਹੋ ਦਿੱਤਾ ਹਰ ਗੱਲ ਵਿੱਚ ਜ਼ਿਕਰ ਆਉਂਦਾ ਹੈ ਵੀ ਉਹ ਸ਼ਬਦ ਦੇ ਸੰਗਤ ਨੂੰ ਜੋੜਦੇ ਹਨ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਜਿਹੜੇ ਪੰਜਾਬੀ ਸੰਸਕ੍ਰਿਤ ਫਾਰਸੀ ਦੇ ਮਾਹਰ ਸਨ ਉਹ ਬ੍ਰਿਜ ਭਾਸ਼ਾ ਤੇ ਹਿੰਦੀ ਦੇ ਵੀ ਵਿਦਵਾਨ ਸਨ ਉਹਨਾਂ ਨੂੰ ਅਗਰੇ ਭੇਜਿਆ ਪ੍ਰਚਾਰ ਕਰਨ ਦੇ ਲਈ ਤੇ ਉਹ ਗੁਰੂ ਜੀ ਤੋਂ ਜੋ ਤਾਂ ਆਪ ਜਾਇ ਲੈ ਕੇ ਵਾਪਸ ਵੀ ਆਉਂਦੇ ਨੇ ਅੰਮ੍ਰਿਤਸਰ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਅੰਮ੍ਰਿਤਸਰ ਸ਼ਹਿਰ ਦੀ ਸਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਉਹਧੂਰੇ ਕੰਮ ਜਿਹੜੇ ਸੀ ਉਹਨਾਂ ਨੂੰ ਪੂਰੇ ਕਰਨ ਲਈ ਗੁਰੂ ਅਮਰਦਾਸ ਜੀ ਨੇ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨੇ ਪੱਕੇ ਤੌਰ ਤੇ ਅੰਮ੍ਰਿਤਸਰ ਰੂਚੀਟ ਕਾਰਾਂ ਬਣਾਉਂਦਾ ਫੈਸਲਾ ਕਰ ਲਿਆ। ਹੁਣ ਅੰਮ੍ਰਿਤਸਰ ਚਰਨਕਾ ਸ਼ੁਰੂ ਹੋਈਆਂ। ਜਦੋਂ ਗੁਰੂ ਜੀ ਅੰਮ੍ਰਿਤਸਰ ਤੇ ਪੱਕੇ ਤੌਰ ਤੇ ਆਉਂਦੇ ਨੇ ਇੱਥੇ ਨਿਵਾਸ ਕਰ ਲੈਂਦੇ ਨੇ। ਇਸ ਸਾਲ 6% ਅਧਿਕਤ ਬੜੇਗਾ ਜੋ ਹਰ ਬੰਦੇ ਨੇ ਉੱਥੇ ਆਉਣਾ ਸਿੱਖ ਸੰਗਤਾਂ ਵੀ ਇੱਥੇ ਬਹੁਤ ਵੱਡੀ ਗਿਣਤੀ ਚ ਆਉਣ ਲੱਗ ਪਈਆਂ ਨਗਰ ਦੀ ਉਸਾਰੀ ਤੇਜ਼ੀ ਨਾਲ ਸ਼ੁਰੂ ਹੋ ਗਈ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਜਿਹੜੀ ਸੀ ਉਹ ਵੀ ਫਿਰ ਮੁੜ ਆਰੰਭ ਕੀਤੀ ਗਈ ਇਹ ਕੰਮ ਤਕਰੀਬਨ 3-4 ਸਾਲਾਂ ਦੇ ਵਿੱਚ ਪੂਰਾ ਹੁੰਦਾ ਹੈ ਅੰਮ੍ਰਿਤਸਰ ਸਰੋਵਰ ਜਿਹੜਾ ਬਣਿਆ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ 1577 ਦੇ ਵਿੱਚ ਗੁਰੂ ਸਾਹਿਬ ਜੀ ਨੇ ਹੋਰ ਜ਼ਮੀਨ ਫਰੀਦੀ ਅੱਗੇ ਵੀ ਮੈਂ ਗੱਲ ਕੀਤੀ ਸੀ ਤੋਂ 1570 ਤੋਂ ਲੈ ਕੇ 1581 ਤੱਕ ਇਸ ਨਗਰ ਦੇ ਵੱਲ ਖਾਸ ਜਿਹੜਾ ਸੀ ਗੁਰੂ ਪਾਤਸ਼ਾਹ ਨੇ ਉਹਦੀ ਉਸਾਰੀ ਦਾ ਖਾਸ ਧਿਆਨ ਦਿੱਤਾ ਤੇ ਬਾਬਾ ਬੁੱਢਾ ਜੀ ਖਾਸ ਤੌਰ ਤੇ ਜਿੱਥੇ ਬਾਬਾ ਬੁੱਢਾ ਜੀ ਦੀ ਬੇਰ ਅੱਜ ਉਥੇ ਹੈ ਜਿਹੜੀ ਬਹੁਤ ਵਿਰਧ ਬੇਰ ਜਿਹਨੂੰ ਕਿਹਾ ਜਾਂਦਾ ਹੈ ਉਥੇ ਬੈਠ ਕੇ ਇਹ ਸੇਵਾ ਕਰਾਉਂਦੇ ਸੀ ਇਸੇ ਕਰਕੇ ਬਾਬਾ ਬੁੱਢਾ ਜੀ ਦੀ ਬੇਰ ਉਹਨੂੰ ਕਿਹਾ ਦਿੱਤਾ ਜਾਂਦਾ ਹੈ ਤਾਂ ਗੁਰੂ ਕਾ ਗੁਰੂ ਕਾ ਲੰਗਰ ਦੀਆਂ ਰੌਣਕਾਂ ਜਿਹੜੀਆਂ ਸੀ ਉਹ ਵੀ ਵੱਧ ਗਈਆਂ ਅਸੀਂ ਕਰਦੇ ਆਂ ਵੀ ਇਹ ਅੰਮ੍ਰਿਤਸਰ ਸ਼ਹਿਰ ਬਸਣਾ ਜਿਹੜਾ ਸੀ ਅਸਲ 'ਚ ਸਿੱਖਾਂ ਦੇ ਇੱਕ ਉੱਜਲ ਕੋ ਵਿਖਦੀ ਨੇ ਰੱਖਣ ਦੀ ਗੱਲ ਸੀ। ਪੰਜੋ ਬਾਦਸ਼ਾਹ ਦੇ ਸਮੇਂ ਦਰਬਾਰ ਸਾਹਿਬ ਦਾ ਸਾਰਿਆ ਜਾਨਾ ਛੇਵੇਂ ਬਾਦਸ਼ਾਹ ਦੇ ਸਮੇਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਣੀ ਤੇ ਇਸ ਨਗਰ ਦੀ ਜਾਂ ਅੰਮ੍ਰਿਤਸਰ ਨਗਰ ਦੀ ਇੱਕ ਅੰਤਰਰਾਸ਼ਟਰੀ ਪ੍ਰਸਿੱਧੀ ਦਾ ਕਾਰਨ ਬਣਿਆ ਹੈ। ਦਰਬਾਰ ਸਾਹਿਬ ਕੇਂਦਰ ਸਥਾਨ ਬਣਿਆ ਫਿਰ ਅਕਾਲ ਤਖਤ ਸਾਹਿਬ ਦੀ ਉਸਾਰੀ ਹੋਈ। ਇਹਦੇ ਨਾਲ ਇੱਕ ਅੰਤਰਰਾਸ਼ਟਰੀ ਇੰਟਰਨੈਸ਼ਨਲ ਪੱਤਰ ਦੇ ਉੱਤੇ ਅੰਮ੍ਰਿਤਸਰ ਸ਼ਹਿਰ ਦਾ ਨਾਮ ਜਿਹੜਾ ਉਹ ਜਾਣਿਆ ਜਾਂਦਾ ਹੈ। ਤੋਂ ਇਹ ਆਪਾਂ ਕਹਿ ਸਕਦੇ ਆ ਵੀ ਉਸ ਵੇਲੇ ਇਹ ਜਿਹੜਾ ਨਗਰ ਸੀ ਇੱਕ ਕਿਸਮ ਦੀ ਸਿੱਖਾਂ ਦੀ ਰਾਜਧਾਨੀ ਬਣ ਗਿਆ ਸੀ। ਹਰ ਸਿੱਖ ਇੱਥੇ ਆਉਣਾ, ਮਿਲਣਾ, ਬੈਠਣਾ, ਗੁਰੂ ਦਾ ਵਿਚਾਰ ਜਿਹੜੇ ਸੀ ਉਹ ਪ੍ਰਗਟ ਕਰਦੇ। ਤੋਂ ਗੁਰੂ ਸਾਹਿਬ ਜੀ ਦੇ ਆਪਾਂ ਅੱਗੇ ਦੇਖਦੇ ਆ ਵੀ ਹੁਣ ਅੰਮ੍ਰਿਤਸਰ ਚ ਗੁਰੂ ਸਾਹਿਬ RAMDAS ji ਦਾ ਦਿੱਥ ਦਾ ਕਰਮ ਕੀ ਸੀ? ਸਤਗੁਰ ਜਤ ਜਿਹੋ ਮਹਿਮਾ ਪ੍ਰਕਾਸ਼ ਤੇ ਸੂਰਜ ਪ੍ਰਕਾਸ਼ ਦੇ ਲਿਖਾਰੀਆਂ ਨੇ ਮੈਂ ਬੇਨਤੀ ਕਰਦਾ ਹਾਂ ਕਿ ਸਰੋਤ ਕੋਈ ਉਹੀ ਮਿਲਦੇ ਨੇ ਤੇ ਉਹਨਾਂ ਸਰੋਤਾਂ ਵਿੱਚੋਂ ਹੀ ਕੁਝ ਜਾਣਕਾਰੀ ਜਿਹੜੀ ਠੀਕ ਮਿਲਦੀ ਹੈ ਉਹ ਅਸੀਂ ਕੱਢ ਲੈਨੇ ਆ ਜਿਹੜੀ ਗਾ ਜਾਣਕਾਰੀ ਉੱਥੇ ਗੁਰੂ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ ਉਹ ਜਾਣਕਾਰੀ ਸਾਜੀ ਨਹੀਂ ਕਰਦੇ ਤੋਂ ਸਰੋਤ ਉਹੀ ਹੁੰਦੇ ਹਨ ਪਰ ਉਹਨਾਂ ਸਰੋਤਾਂ ਵਿੱਚੋਂ ਜੋ ਵੀ ਚੰਗੀ ਚੀਜ਼ ਹੈ ਉਹ ਸਾਨੂੰ ਕੱਢਣ ਦੀ ਲੋੜ ਹੈ ਇਹ ਦੋ ਗ੍ਰੰਥਾਂ ਦੇ ਵਿੱਚ ਇੱਕ ਮਹਿਮਾ ਪ੍ਰਕਾਸ਼ ਦਾ ਤੇ ਇੱਕ ਸੂਰਜ ਪ੍ਰਕਾਸ਼ ਗੁਰਪ੍ਰਤਾਪ ਸੂਰਜ ਇਹਨਾਂ ਦੇ ਵਿੱਚੋਂ ਕੁਝ ਜੇ ਲਿਖਿਆ ਮਿਲਦਾ ਵੀ ਗੁਰੂ ਜੀ ਪੈਰ ਰਾਤ ਇੱਕ ਰਾਤ ਜਿਹੜਾ ਰਾਤ ਦਾ ਪੈਰ ਰਹਿੰਦਾ ਤੇ ਉੱਠ ਜਾਂਦੇ ਫਿਰ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰਦੇ ਜੋਰਾ ਤੇ ਲਿਖਿਆ ਹੈ ਭਾਵੇਂ ਠੰਡੇ ਠੰਡੇ ਜਾਂ ਗਰਮ ਦਾ ਕੋਈ ਫਰਕ ਨਹੀਂ ਪੈਂਦਾ ਇਹ ਭਲੇਖਾ ਨਾ ਰਹ ਜਾਈ ਕਿ ਠੰਡੇ ਪਾਣੀ ਦਾ ਇਸ਼ਨਾਨ ਕਰਨਾ ਸਿਰ ਜ਼ਿਆਦਾ ਫਲ ਮਿਲੇਗਾ ਜਿਸ ਤਰ੍ਹਾਂ ਦੀ ਸਿਹਤ ਇਜਾਜ਼ਤ ਦਿੰਦੀ ਹੈ ਉਸੇ ਤਰ੍ਹਾਂ ਦਾ ਇਸ਼ਨਾਨ ਕਰਨਾ ਚਾਹੀਦਾ ਇਹ ਨਾ ਵੀ ਠੰਡੇ ਪਾਣੀ 'ਚ ਕਰਕੇ ਨਮੂਨੀਆਂ ਹੋ ਜਾਏ ਤੇ ਆਪਣਾ ਸਿਹਤ ਵਿਗੜੀ ਹੋਵੇ ਐਸਾ ਨਹੀਂ ਹੈ ਗੁਰਮਤ ਨੇ ਇਹੋ ਜੀ ਹੱਟ ਨਹੀਂ ਤਿਆ ਨਾਇਕ ਗੁਰਪ੍ਰਧਰ ਐਸੀ ਹਰਤੀ ਕੋ ਗੱਲ ਸਿਖਾਈ ਹੈ ਗੁਰਮਤ ਨੇ ਇਸ਼ਨਾਰ ਕਰਨ ਦੀ ਗੱਲ ਕੀਤੀ ਹੈ ਫਿਰ ਜਦ ਚੜਦਾ ਗੁਰੂ ਕੇ ਮਹਿਲ ਤੋਂ ਉੱਥੇ ਆ ਜਾਂਦੇ ਜਿੱਥੇ ਅੱਜ ਦਰਬਾਰ ਸਾਹਿਬ ਬਣਿਆ ਹੋਇਆ ਹੈ ਸੰਗਤ ਪਹਿਲਾਂ ਹੀ ਉੱਥੇ ਉਹਨਾਂ ਦੀ ਇੰਤਜ਼ਾਰ ਕਰਦੀ ਹੁੰਦੀ ਸੀ ਇਹੋ ਹੀ ਕਾਰਨ ਕਹਿੰਦੇ ਆ ਕਿ ਅੱਜ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਕੀਰਤਨ ਸ਼ੁਰੂ ਹੋ ਜਾਂਦਾ ਹੈ ਇਹ ਜੋ ਦਰਬਾਰ ਸਾਹਿਬ ਦੇ ਵਿੱਚ ਇਹ ਇੱਥੋਂ ਹੀ ਉਹ ਗੱਲ ਦੀ ਮਰਿਆਦਾ ਬਣਾਈ ਗਈ ਹੈ ਜਿਦੋਂ ਗੁਰੂ ਰਾਮਦਾਸ ਜੀ ਆਦੇ ਸਨ ਤਾਂ ਇਹ ਸੰਗਤਾਂ ਪਹਿਲਾਂ ਜੁੜੀਆਂ ਹੁੰਦੀਆਂ ਸਨ ਤਾਂ ਇਸੇ ਤਰ੍ਹਾਂ ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੋਂ ਪਹਿਲਾਂ ਵੀ ਸੰਗਤ ਜੁੜਦੀ ਹੈ ਇਹ ਗੱਲ ਉੱਥੋਂ ਹੀ ਲਈ ਜਾਪਦੀ ਹੈ ਐਸੇ ਇਤਿਹਾਸਿਕ ਸਰੋਤ ਤੋਂ ਇਹ ਗੱਲ ਆਈ ਜਾਪਦੀ ਹੈ ਮੈਮਾ ਪ੍ਰਕਾਸ਼ ਦਾ ਜਿਹੜਾ ਲਿਖਾਰੀ ਹੈ ਉਹ ਲਿਖਦਾ ਹੈ ਕਿ ਜਦ ਪ੍ਰਭਾਤ ਹੁੰਦਾ ਤਬ ਸਤਾਰ ਵਾਬੀ ਚੌਂਕੀ ਸਤਾਰ ਵਾਬੀ ਚੌਂਕੀ ਭਜਨ ਕੀ ਕਰਦਾ ਕੀਰਤ ਸਮਾਪਤ ਹੁੰਦਾ ਤਾਂ ਲੰਗਰ ਲਈ ਬਾਜਾ ਪੈਂਦਾ ਗੁਰੂ ਜੀ ਤੇ ਹੋਰ ساری ਸੰਗਤ ਰਲ ਕੇ ਲੰਗਰ ਛਕਦੇ ਈ ਮੇਮਾ ਪ੍ਰਕਾਸ਼ ਦੇ ਲਖਾਰੀ ਨੇ ਇਸ ਤਰ੍ਹਾਂ ਇਹ ਗੱਲ ਲਿਖੀ ਹੈ ਸ਼ਬਦਾਬ ਜੀ ਇਸ ਢੰਗ ਦੀ ਲਿਖੀ ਹੈ ਤੇ ਤੁਮ ਬਗਰੋ ਸਤਿਗੁਰੂ ਕੋਈ ਸਮਾਹ ਰਾਮ ਕਰਦੇ ਫਿਰ ਕਮ ਕੌਮੀ ਕਾਮਾਂ ਦੇ ਜਿਹੜੀ ਉਸਾਰੀ ਸੀ ਉਹਦੇ ਵੱਲ ਨੂੰ ਧਿਆਨ ਦਿੰਦੇ ਆਪ ਸੇਵਾ ਕਰਦੇ ਹੱਥਾਂ ਨਾਲ ਗੁਰੂ ਰਾਮਦਾਸ ਪਾਤਸ਼ਾਹ ਕਿਉਂਕਿ ਸੇਵਾ ਤਾਂ ਉਹਨਾਂ ਦੇ ਬਚਪਨ ਤੋਂ ਹੀ ਉਹਨਾਂ ਦੀ ਕਿਸਮਤ ਵਿੱਚ ਲਿਖੀ ਹੋਈ ਸੀ ਲਾਹੌਰ ਦੀਆਂ ਗਲੀਆਂ ਤੋਂ ਚੱਲ ਕੇ ਗੁਰੂ ਰਾਮਦਾਸ ਪਾਤਸ਼ਾਹ ਦਰਬਾਰ ਅੰਮ੍ਰਿਤਸਰ ਸ਼ਹਿਰ ਬਸੋਂ ਤੱਕ ਹੱਥਾਂ ਨਾਲ ਸੇਵਾ ਕਰਨੀ ਨਹੀਂ ਛੱਡੀ ਸ਼ਾਹ ਨੂੰ ਫਿਰ ਦਵਾਨ ਸਾਈ ਦਾ ਗੁਰਬਾਣੀ ਦੀ ਕਥਾ ਆਪ ਕਰਦੇ ਸ਼ਬਦੀ ਵਿਚਾਰ ਕਰਦੇ ਗੁਰਸਿੱਖਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦੇ ਤੇ ਗੁਰਮਤਿ ਜੜੜ ਕਰਾਉਂਦੇ ਉਥੇ ਗੁਰਮਤਿ ਦੀ ਗੱਲ ਸਮਝਾਉਂਦੇ ਤੇ ਗੁਰਮਤਿ ਜਿਹੜੀ ਸੀ ਉਹ ਗੁਰੂ ਸਾਹਿਬ ਆਪ ਜੜੜ ਕਰਾਉਂਦੇ ਉਹਨਾਂ ਦੀ ਰੋਜ਼ ਦੀ ਇਹ ਮਰਿਆਦਾ ਸੀ ਤੇ ਸਤਗੁਰੂ ਜੀ ਦੇ ਕਿੰਨੇ ਪਿਆਰੇ ਬਚਨ ਸੁਣ ਕੇ ਕਿੰਨੀ ਮਠਾਸ ਸੀ ਗੁਰੂ ਰਾਮਦਾਸ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਆ ਸਿੱਖਵੇਂ ਪੜ੍ਹ ਕੇ ਦਿਖਾਲਤਾ ਹੋਈ ਗਈ ਜਦੋਂ ਉਹਨਾਂ ਦੇ ਬਖਾਰ ਬੰਦ ਤੋਂ ਸਾਹਮਣੇ ਬੈਠ ਕੇ ਸੁਣੀ ਔਰ ਚੇਤ ਜੁੜ ਜਾਵੇ ਤਾਂ ਮਨ ਤੰਦਰੋਂ ਪੇਚ ਜਾਏਗਾ ਸਤਿਗੁਰਾਂ ਤੋਂ ਉਹਨਾਂ ਦੇ ਨਿੱਜੀ ਜੀਵਨ ਦੇ ਤਿਰਬੇ ਵੀ ਜਦੋਂ ਸੁਣਦੇ ਤਾਂ ਬੰਦੇ ਦਾ ਧਰਮ ਮਾਰਗ ਤੇ ਚੱਲਣ ਨੂੰ ਦਿਲ ਵਿੱਚ ਵੈਸੇ ਹੀ ਚੇਤੇ ਵੈਸੇ ਹੀ ਕਰਿਆ ਹੁੰਦਾ ਹੈ ਕਿ ਐਸੀ ਗਰੀਬੀ ਦੀ ਹਾਲਤ ਵਿੱਚ ਉਹ ਨਿਕਲ ਕੇ ਵੀ ਇੱਕ ਨਿੱਕੀ ਸਿੱਖੀ ਕਮਾਈ ਹੋਵੇ ਤਾਂ ਫਿਰ ਉਹਦੇ ਉਹਦੀਆਂ ਗੱਲਾਂ ਸੁਣ ਕੇ ਚਾਅ ਤਾਂ ਪੈਦਾ ਹੁੰਦਾ ਹੈ ਇਹ ਤਾਂ ਕੋਈ ਗੱਲ ਨਹੀਂ ਨਾ ਪੈਦਾ ਹੋਵੇ ਜੇ ਨਹੀਂ ਪੈਦਾ ਹੁੰਦਾ ਸਮਝਣਾ ਚਾਹੀਦਾ ਹੈ ਮਨ ਮਰਿਆ ਹੋਇਆ ਹੈ ਇਹ ਜਿਉਂਦਾ ਹੀ ਨਹੀਂ ਹੈ ਜੇ ਗੁਰੂ ਦੀਆਂ ਕਥਾ ਕਹਾਣੀਆਂ ਸੁਣ ਕੇ ਗੁਰੂ ਦੀਆਂ ਵਿਚਾਰਾਂ ਸੁਣ ਕੇ ਜੇ ਮਨ ਚਾਹੋ ਵਿੱਚ ਹੀ ਨਹੀਂ ਆਉਂਦਾ ਮਨ ਦੇ ਅੰਦਰ ਚਾਹ ਪੈਦਾ ਹੀ ਨਹੀਂ ਹੁੰਦਾ ਤੇ ਸਮਝ ਲੈਣਾ ਚਾਹੀਦਾ ਹੈ ਇਹ ਮਨ ਜਿਉਂਦਾ ਹੀ ਨਹੀਂ ਹੈ ਮਰ ਚੁੱਕਾ ਹੈ ਤਾਂ ਸਤਗੁਰੂ ਜੀ ਦੇ ਸਹਿਰ ਕਰਨ ਵੀ ਚਾਹਦੇ ਰੋ ਚੌਂਕੀ ਲੱਗਦੀ ਸੋਦਰ ਦੀ ਉੱਥੇ ਰੋਜ਼ ਕੀਰਤਨ ਹੁੰਦਾ ਰਾਗਾਂ ਦੇ ਵਿੱਚ ਗੁਰ ਸਿੱਖ ਕੀਰਤਨ ਕਰਦੇ ਸੰਗਤਾਂ ਜਸਮਾਦ ਵਿੱਚ ਆਉਂਦੀਆਂ ਤੇ ਇਹ ਸਾਰਾ ਵਰਨ ਜਿਹੜਾ ਸਾਨੂੰ ਮਿਲਦਾ ਹੈ ਇਸ ਤੋਂ ਬਾਅਦ ਲਾਹੌਰ ਦੀ ਫੇਰੀ ਸਤਗੁਰ ਦੇ ਜੀਵਨ ਵਿੱਚ ਇੱਕ ਜ਼ਿਕਰ ਆਉਂਦਾ ਹੈ ਭਾਈ ਸਿਹਾਰੀ ਮਰ ਜੀ ਤੇ ਸਿੱਖ ਸੰਗਤਾਂ ਦੀ ਇੱਛਾ ਸੀ ਕਿ ਸਤਗੁਰੂ ਜੀ ਆਪਣੀ ਜਨਮ ਭੂਮੀ ਜਿਹੜੀ ਚੂਨਾ ਮੰਡੀ ਲਾਹੌਰ ਇੱਕ ਇੱਕ ਵਾਰ ਆ ਕੇ ਜ਼ਰੂਰ ਚਰਨ ਪਾਉਣ ਸੰਤਾਂ ਨੇ ਬੜੀਆਂ ਬੇਨਤੀਆਂ ਕੀਤੀਆਂ ਸੰਤਾਂ ਦੇ ਪ੍ਰੇਮ ਨੂੰ ਦੇਖ ਕੇ ਸਤਗੁਰੂ ਆਪ ਲਾਹੌਰ ਆਏ ਲਾਹੌਰ ਚੱਲ ਕੇ ਗਏ ਬਰਾਦਰੀ ਦੇ ਲੋਕ ਜਿਨ੍ਹਾਂ ਨੇ ਕਦੀ ਗੁਰੂ ਜੀ ਨੂੰ ਗੋਇਦਵਾਲ ਸੇਵਾ ਕਰਦੇ ਆ ਵੀ ਇੱਕ ਇੱਕਿਆ ਸੀ ਸੋਹਰੇ ਨੇ ਰਹਿ ਕੇ ਮਿੱਟੀ ਧੋਬਦੇ ਹੋ ਹਮਾਰੇ ਬਟਿਆਂ ਕੀ ਸਿਰਖਾਕ ਡਾਲਦੇ ਹੋ ਵੀ ਕਹਿੰਦੀ ਸੋਹਰਿਆਂ ਦੇ ਘਰ ਆ ਕੇ ਕਿਸ ਨੇ ਟੋਕਰੀ ਚੁੱਕੀ ਆ ਭੋਲਿਆ ਇਹ ਟੋਕਰੀ ਚੁੱਕਣੀ ਸੀ ਤਾਂ ਲਾਹੌਰ ਟੋਕ ਚੁੱਕ ਲੈਂਦਾ ਆਪ ਸਾਰੀ ਬਦਨਾਮੀ ਕਿਉਂ ਕਰਾ ਦਿੱਤੀ ਹੈ ਸ਼੍ਰੀਕਾ ਨੇ ਉੱਥੇ ਤਾਨੇ ਮਾਰੇ ਸੀ ਸਤਗੁਰੂ ਜੀ ਦੀ ਜਦੋਂ ਉਹਨਾਂ ਨੇ ਹੁਣ ਇੰਨੀ ਪ੍ਰਤਾਪ ਦੇਖਿਆ ਤੇ ਗੁਰੂ ਦੇ ਆ ਕੇ ਚਰਨਾਂ ਤੇ ਡਿੱਗਦੇ ਸੇਵਾ ਭਗਤੀ ਪਰਪੁਕਾਰ ਦਿਆ ਪ੍ਰਮੁਖ ਦੇ ਪਿਆਰ ਦੀਆਂ ਗੁਣਾਂ ਦਾ ਵਰਨਨ ਸਤਗੁਰੂ ਜੀ ਨੇ ਜਿਹਦੇ ਦੀ ਨਿਮਰਤਾ ਭਰੀ ਜਿਹੜੀ ਪਿਆਰ ਨਾਲ ਭਰੀ ਨਿਮਰਤਾ ਭਰੀ ਸ਼ਖਸੀਅਤ ਜਿਹੜੀ ਹੈ ਇਹਨੂੰ ਤਾਂ ਹਰ ਵੇਖੇ ਬੰਦੇ ਦਾ ਮਨ ਜਿਹੜਾ ਖੁਸ਼ ਹੋ ਜਾਂਦਾ ਸੀ ਤੇ ਲਾਹੌਰ ਦੇ ਨਿਵਾਸੀਆਂ ਦਾ ਕਿਵੇਂ ਨਾ ਹੁੰਦਾ ਸਤਗੁਰ ਦੇ ਗੁਣਾਂ ਦੀ ਗੋਣ ਹੀ ਇਹ ਨੇ ਹਨ ਜਿੰਨੇ ਇਸ ਦੇਖ ਕੇ ਮਨ ਬਿਸਮਾਦ ਹੋਏ ਤਾਂ ਆ ਹੀ ਜਾਂਦਾ ਆਪਣੇ ਨਿੱਜੀ ਜਿਹੜਾ ਮਕਾਨ ਸੀ ਉਹਦੇ ਚ ਰਹਿ ਪਹਿਲਾਂ ਉੱਥੇ ਫਿਰ ਉਸ ਘਰ ਨੂੰ ਸਤਗੁਰੂ ਨੇ ਧਰਮਸ਼ਾਲਾ ਬਣਾ ਦਿੱਤਾ ਜਿਹੜਾ ਜਿਹੜਾ ਇਹਨਾਂ ਦਾ ਜਨਮ ਸਥਾਨ ਦਾ ਘਰ ਸੀ ਉਹਨੂੰ ਸਤਗੁਰੂ ਨੇ ਧਰਮਸ਼ਾਲਾ ਬਣਾ ਦਿੱਤਾ ਤੇ ਉੱਥੇ ਵੱਡਾ ਖੂਹ ਵੀ ਲਵਾਇਆ ਤਾਂਕਿ ਪਾਣੀ ਦੀ ਕਿਲਤ ਨਾ ਹੋਵੇ ਇੱਥੇ ਫਿਰ ਅਮਰਦੇਵਲੇ ਦਾ ਦੀਵਾਨ ਲੱਗਦਾ ਕੀਰਤਨ ਆਸਾ ਕੀ ਵਾਰ ਲਾਈ ਜਾਂਦੀ ਘਰ ਨੂੰ ਧਰਮਸ਼ਾਲਾ ਬਣੋਂ ਤੇ ਬਗਰੋਂ ਫਿਰ ਆਪ ਜੀ ਭਾਈ ਸਿਆਰੀ ਮਲ ਦੇ ਇਹ ਘਰ ਚ ਆ ਕੇ ਰਹੇ ਗੁਰੂ ਜੀ ਨੇ ਲਾਹੌਰ ਦੇ ਵਿੱਚ ਜਿੰਨਾ ਸਮਾਂ ਰਹੇ ਲਾਹੌਰ ਵੀ ਅੰਮ੍ਰਿਤਸਰ ਦੀ ਤਰ੍ਹਾਂ ਉਹ ਕਹਿੰਦੇ ਨੇ ਜਿੱਥੇ ਕਹਿਰ ਸੀ ਉੱਥੇ ਸਿਫਤੀ ਦਾ ਘਰ ਬਣ ਗਿਆ ਲਾਹੌਰ ਸ਼ਹਿਰ ਜਿਹੜਾ ਉਹ ਵੀ ਸਿਫਤੀ ਦਾ ਘਰ ਬਣ ਗਿਆ ਕਿਉਂਕਿ ਜਿੱਥੇ ਗੁਰੂ ਦੇ ਵਡਿਆਈ ਹੋਏਗੀ ਉਹ ਸਿਫਤੀ ਦਾ ਘਰ ਹੋ ਜਾਏਗਾ ਜਿੱਥੇ ਗੁਰੂ ਦੇ ਗੁਣ ਗਾਏ ਜਾਣਗੇ ਉਹ ਭਾਵੇਂ ਘਰ ਹੈ ਭਾਵੇਂ ਗੁਰਦੁਆਰਾ ਹੈ ਭਾਵੇਂ ਉਹ ਪਰ ਜਿਸ ਹਿਰਦੇ ਵਿੱਚ ਗੁਰੂ ਦੇ ਗੁਣ ਗਾਏ ਜਾਣਗੇ ਉਹ ਵੀ ਸਿਫਤੀ ਦਾ ਘਰ ਬਣ ਜਾਏ ਇਹ ਖਿਆਲ ਕਰਨਾ ਸਿਫਤੀ ਦਾ ਘਰ ਗੱਲਾਂ ਨਾਲ ਨਹੀਂ ਬਣਦਾ ਇਸ ਸਿਫਤੀ ਦਾ ਘਰ ਬਣਾਉਣ ਲਈ ਬੇਤ ਕਰਨੀ ਪੈਂਦੀ ਹੈ ਘੱਲ ਨਾਲ ਘੱਲ ਨਹੀਂ ਪੈਂਦੀ ਔਰ ਘੱਲ ਨਾਲ ਘੱਲ ਨਹੀਂ ਗੁਰੂ ਰਾਮਦਾਸ ਮਹਾਰਾਜ ਵਾਂਗੂੰ ਪੈਂਦੀ ਹੈ ਤੇ ਜਿਹੜੀ ਉਹਨਾਂ ਦੀ ਘੱਲ ਨਾਲ ਸੀ ਲਾਹੌਰ ਤੋਂ ਵਾਪਸ ਆਉਂਦੇ ਨੇ ਇੱਥੋਂ 1579 ਦੇ ਵਿੱਚ ਜਿਵੇਂ ਮੈਂ ਪਿਛਲੀ ਵਾਰੀ ਜ਼ਿਕਰ ਕੀਤਾ ਸੀ ਵੀ ਅਕਬਰ ਜਿਹੜਾ ਹੈ ਉਹ ਕਾਬਲ ਦੀ ਮਹਿਮਤੋਂ ਆਉਂਦਾ ਹੈ ਵਾਪਸ ਜਿਹੜਾ ਇੱਥੇ ਆ ਕੇ ਠਹਿਰਦਾ ਹੈ ਇੱਥੋਂ ਦੀਆਂ ਰੌਣਕਾਂ ਦੇਖ ਕੇ ਤੇ ਰੁਕਦਾ ਹੈ ਤੇ ਉਹ ਆਪਾਂ ਪਿਛਲੇ ਹfte ਦਾ ਜ਼ਿਕਰ ਕਰ ਚੁੱਕੇ ਹਾਂ ਵੀ ਉਹਨੇ ਜ਼ਮੀਨ ਦੇਣ ਦੀ ਗੱਲ ਕੀਤੀ ਤੇ ਗੁਰੂ ਪਾਤਸ਼ਾਹ ਜੀ ਨੇ ਇੱਕ ਜਿਹੜਾ ਜਵਾਬ ਦਿੱਤਾ ਉਹ ਬੜਾ ਵਧੀਆ ਸੀ ਵੀ ਫਕੀਰਾਂ ਦੀ ਜ਼ਗੀਰ ਜਿਹੜੀ ਹੈ ਉਹ ਚਾਰੇ ਚੱਕ ਹੁੰਦੀ ਹੈ ਅਸੀਂ ਗੁਰਦਵਾਰਾ ਦੇ ਘਰ ਨੂੰ ਕਿਸੇ ਜ਼ਗੀਰਦਾਰ ਦਾ ਨਹੀਂ ਕਰਨਾ ਚਾਹੁੰਦੇ ਜਿਸ ਤਰ੍ਹਾਂ ਮੀਂਹ ਪੈਂਦਾ ਤੇ ਸੌਣ ਵਿੱਚ ਬੱਛਰ ਭ੍ਰਿੰਡ ਆਦ ਪੈਦਾ ਤੇ ਖੁਦਾਈ ਹੁੰਦੇ ਨੇ ਇਦਾਂ ਹੀ ਇਹ ਜ਼ਗੀਰ ਵੀ ਕਾਮ ਕਰੋ ਲੋ ਈਰਖਾ ਬਖੀਲੀ ਪ੍ਰਧਾਨਤਾ ਲੜਾਈ ਝਗੜੇ ਇਹ ਪੈਦਾ ਕਰਨ ਵਾਲੀ ਹੁੰਦੀ ਹੈ ਸਤਗੁਰਾਂ ਦੀ ਵਿਬਾਕੀ ਜਿਹੜੀ ਸੀ ਅਕਬਰ ਦੇ ਮਨ ਤੇ ਬੜਾ ਡੂੰਗਾ ਅਸਰ ਪਿਆ ਉਹਨੇ ਸਤਗੁਰੂ ਜੀ ਅੱਗੇ ਜਾ ਕੇ ਕਹ ਲੀਏ ਸਤਗੁਰੂ ਦੀ ਉਡਾਈ ਦੇ ਅੱਗੇ ਆਪਣਾ ਸਿਰ ਜਿਦਾ ਸੀ ਝੁਕਾ ਦਿੱਤਾ ਤੇ ਇਥੋਂ ਸਤਗੁਰੂ ਜੀ ਦੇ ਹੁਣ ਅੰਮ੍ਰਿਤਸਰ ਦੇ ਵਿੱਚ ਗੱਲਾਂ ਸ਼ੁਰੂ ਹੁੰਦੀਆਂ ਨੇ ਇੱਕ ਸੇਵਕ ਹੈ ਭਾਈ ਹਿਦਾਲ ਭਾਈ ਹਿਦਾਲ ਗੁਰੂ ਜੀ ਦਾ ਸਿੱਖ ਹੈ ਜਿਲ੍ਹਾ ਜੰਡਿਆਲਾ ਜਿਹੜਾ ਅੱਜ ਹੈ ਗੁਰੂਗਾ ਜੰਡਿਆਲਾ ਜਿਸ ਨੂੰ ਕਿਹਾ ਜਾਂਦਾ ਹੈ ਇਥੋਂ ਦਰਹਿਣ ਵਾਲਾ ਸੀ ਪਾਈਹੰਦਾਲ ਗੁਰੂ ਕੇ ਲੰਗਰ ਦੇ ਵਿੱਚ ਦਿਨ ਰਾਤ ਸੇਵਾ ਕਰਦੇ ਆਏ ਕਿ ਯਾਤਰੂ ਨੂੰ ਗਾਥੀ ਉਹਨਾਂ ਦਾ ਖਿਆਲ ਰੱਖਦੇ ਉਹਨਾਂ ਨੂੰ ਆਤਮਿਕ ਸੁੱਖ ਵੀ ਮਿਲਦਾ ਉਹਨਾਂ ਨੂੰ ਜਦੋਂ ਸੇਵਾ ਕਰਦੇ ਤਾਂ ਅੰਦਰ ਵੀ ਉਹਨਾਂ ਦੀ ਖੁਸ਼ੀ ਹੁੰਦੀ ਹੱਥੇ ਸੇਵਾ ਵਿੱਚ ਤਿਸੂਰਤ ਉਹਨਾਂ ਦੀ ਸ਼ੌਧ ਵੀ ਜੁੜੀ ਰਹਿੰਦੀ ਭਾਈ ਸਾਹਿਬ ਉੱਚੇ ਜੀਵਨ ਉਹ ਪਾਈਹੰਦਾਲ ਦੇ ਉੱਤੇ ਜੀਵਨ ਕਰਕੇ ਸੰਗਤਾਂ ਵੀ ਉਹਨਾਂ ਨੂੰ ਬੜਾ ਸਤਕਾਰ ਦੀ ਨਜ਼ਰ ਨਾਲ ਇਹ ਜੀ ਅਸਾਂ ਤੇ ਸਰਕਾਰ ਦੀ ਨਜ਼ਰ ਨਾਲ ਸੰਗਤਾਂ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਹਮੇਸ਼ਾ ਰਹਿੰਦੀਆਂ ਸੀ ਉਹਨਾਂ ਦੀ ਸੇਵਾ ਦੀ ਜਿਹੜੀ ਸੰਬੰਧੀ ਸੀ ਉਹ ਗੁਰੂ ਰਾਮਦਾਸ ਜੀ ਤੱਕ ਵੀ ਪਹੁੰਚ ਗਈ ਸੰਗਦੀ ਦਾ ਮਤਲਬ ਜਦੋਂ ਵਿੜਾਈ ਹੁੰਦੀ ਹੈ ਤੇ ਸਾਰੇ ਪਾਸੇ ਫੈਲਦੀ ਇੱਕ ਦਿਨ ਸਤਿਗੁਰੂ ਜੀ ਭਾਈ ਹੰਦਾਲ ਨੂੰ ਵੇਖਣ ਲੰਗਰ ਵਿੱਚ ਆ ਗਏ ਆਪ ਗਏ ਭਾਈ ਸਾਹਿਬ ਆਟਾ ਕੁੰਦੇ ਸਨ ਭਾਈ ਹੰਦਾਲ ਜੀ ਸਤਿਗੁਰਾਂ ਨੂੰ ਵੇਖ ਕੇ ਹਰਾਮਤਾ ਹੋ ਗਏ ਹੱਥ ਤੋਂ ਦਾ ਮੌਕਾ ਵੀ ਨਾ ਮਿਲਿਆ ਆਟੇ ਨਾਲ ਲਿਬੜੇ ਹੱਥ ਤੇ ਗੁਰੂ ਚਰਨਾਂ ਤੇ ਨਮਸਕਾਰ ਕਰਨ ਦੇ ਵਿੱਚ ਉਹਨਾਂ ਨੇ ਭਰੇ ਹੋਏ ਹੱਥਾਂ ਨਾਲ ਹੱਥ ਚ ਕੋ ਜਾਂ ਜੋੜਨ ਦੇ ਨਾਦਰੀ ਆਪਣੀ ਸਮਝੀ ਵੀ ਗੁਰੂ ਦੀ ਨਾਦਰੀ ਹੈ ਤਾਂ ਲਿਬੜੇ ਹੋਏ ਹੱਥ ਭਾਈ ਜੀ ਨੇ ਪਿੱਠ ਦੇ ਪਿੱਛੇ ਕਰ ਲਏ ਇਸ ਤਰ੍ਹਾਂ ਬੈਕ ਦੇ ਉੱਤੇ ਇਸ ਤਰ੍ਹਾਂ ਕਰ ਲਿਆ ਤੇ ਗੋਡਿਆਂ ਦੇ ਭਾਰ ਓਕੇ ਸਤਗੁਰੂ ਦੇ ਚਰਨਾਂ ਦੇ ਨੇ ਇਹ ਨੋਖਤਾਂ ਸੀ ਸੇਵਾ ਦਾ ਗੁਰੂ ਦੀ ਚਰਨ ਬੰਦਨਾ ਕਰਨ ਸਤਗੁਰੂ ਜੀ ਮੁਸਤਰਾ ਗਏ ਹੱਸੇ ਖੁਸ਼ ਹੋ ਗਏ ਮਿਰਦ ਕਰ ਚਾਏ ਗੁਰਸਿੱਖ ਨੂੰ ਥਾਪੜਾ ਦਿੱਤਾ ਜਦੋਂ ਗੁਰਸਿੱਖ ਦਾ ਸਿੱਖ ਨੂੰ ਬੁੱਲਦਾ ਥਾਪੜਾ ਮਿਲ ਜਾਂਦਾ ਗੁਰਥਾਪੀ ਦਿੱਤੀ ਕੰਡ ਜੀ ਉਹ ਜਦੋਂ ਹੁੰਦਾ ਤੇ ਫਿਰ ਤਾਂ ਗੁਰਸਾਈ ਦਾ ਇਸ ਪਹਿਲ ਵਾਰੜੇ ਵਿੱਚ ਉਹ ਸਿੱਖ ਵੈਸੀ ਜਿੱਤ ਜਾਂਦਾ ਜਿਹੜਾ ਇਹ ਪਹਿਲ ਵਾਰੜਾ ਹੈ ਗੁਰਸਾਈ ਦਾ ਜਦੋਂ ਗੁਰੂ ਮਿਲ ਜਾਏ ਤੇ ਗੁਰੂ ਦਾ ਥਾਪੜਾ ਮਿਲ ਜਾਏ ਮੈਂ ਗੁਰਬਿਰੋਚਿਤ ਬਾਲੜਾ ਇਹ ਤਾਂ ਦੇ ਦੇਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੱਢ ਜਿਓ ਵਾਲੀ ਜੀ ਦੀ ਬਸਤਾ ਆਪਣੇ ਉੱਪਰ ਜੰਦੀ ਗੁਰੂ ਦੀ ਕਿਤੇ ਥਾਪੜਾ ਪੈ ਜਾ ਗੁਰੂ ਦੀ ਕਿਤੇ ਬਖਸ਼ਿਸ਼ ਕਰੇ ਗੁਰੂ ਮੇਰ ਦੀ ਨਜ਼ਰ ਨਾਲ ਕਿਤੇ ਦੇਖਦਾ ਕਮਾਲ ਹੈ ਭਾਈ ਹੰਦਾਲ ਦੇ ਉੱਚੇ ਸੁੱਚੇ ਜੀਵਨ ਨੂੰ ਗੁਰੂ ਰਾਮਦਾਸ ਬਾਜ ਨੇ ਦੇਖ ਕੇ ਉਹਨੂੰ ਪ੍ਰਚਾਰਕ ਬਣਾਇਆ ਸਿੱਖ ਤਰ੍ਹਾਂ ਹਾਲਾਂਕਿ ਭਾਈ ਹੰਦਾਲ ਦੇ ਨਾਂ ਤੇ ਫਿਰ ਜੰਨੂ ਸਾਖੀਆਂ ਤੇ ਕਈ ਇਸਤਮਾਲ ਫਿਰ ਤੇ ਨਾਂ ਵਰਤ ਕੇ ਭਾਈ ਹੰਦਾਲ ਦੇ ਜਿਹਦਾ ਜ਼ਿਕਰ ਕਬੀਰਤਨ ਸਿੰਘ ਜੀ ਸਾਡਾ ਕਰ ਚੁੱਕੇ ਹਨ ਕਿ ਭਾਈ ਹਦਾਲ ਦੇ ਨਾਂ ਤੇ ਜਨਮ ਸਾਖੀਆਂ ਨੂੰ ਵੀ ਲਿਖਿਆ ਗਿਆ ਕੀਤਾ ਗਿਆ ਉਹ ਇਸਤੇਮਾਲ ਕੀਤਾ ਗਿਆ ਭਾਈ ਹਦਾਲ ਦੇ ਨਾਂ ਨੂੰ ਉਹਨਾਂ ਦੇ ਅਗਲੇ ਖਾਨਦਾਨ ਨੇ ਆਪਣੇ ਨਾਮ ਦਾ ਜਾਂ ਉਸ ਉਹਨਾਂ ਦੇ ਅੱਗੇ ਜਿਹੜੇ ਵਾਰਸ ਹਨ ਆਪਣੇ ਖਾਨਦਾਨ ਨੂੰ ਵੱਡਾ ਕਰਨ ਲਈ ਉਹਨਾਂ ਦਾ ਨਾਂ ਇਸਤੇਮਾਲ ਕਰਕੇ ਉਹ ਜਨਮ ਸਾਖੀਆਂ ਦੇ ਵਿੱਚ ਇਸ ਤਰ੍ਹਾਂ ਦਾ ਮੇਲ-ਮਲਾਵ ਜੀ ਕੀਤੀ ਗਈ ਹੁਣ ਅਸਲ 'ਚ ਖਾਲਕ ਨੂੰ ਖਲਕ ਉਤੇ ਚ ਦੇਖਣਾ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਫਿਰ ਤਾਂ ਖਾਲਕ ਖਲਕ ਮੈਂ ਜਦੋਂ ਖਾਲਕ ਨੂੰ ਖਲਕਤ ਵਿੱਚ ਵੇਖਿਆ ਜਾਵੇ ਜਦ ਨੂੰ ਇਹ ਵੇਖਣਾ ਆ ਗਿਆ ਨਾ ਫਿਰ ਸਿੱਖੀ ਆ ਗਈ ਸਿੱਖੀ ਹੈ ਇਹ ਵੀ ਖਾਲਕ ਨੂੰ ਖਲਕਤ ਵਿੱਚ ਕਿਵੇਂ ਵੇਖਣਾ ਸਿੱਖੀ ਦਾ ਸਿਧਾਂਤ ਇਹ ਹੈ ਨਿਸ਼ਕਾਮ ਸੇਵਾ ਤਾਂ ਹੋ ਸਕਦੀ ਹੈ ਜੇ ਆਪਣੇ ਅੰਦਰ ਵਸਦੀ ਪ੍ਰਭੂ ਦੀ ਜੋਤ ਸਾਨੂੰ ਸਾਰਿਆਂ ਦੇ ਹਿਰਦਿਆਂ ਨੂੰ ਨਜ਼ਰ ਆਵੇ ਤੇ ਲਈ ਆਪਣੇ ਵਿੱਚ ਨਾ ਜਦੋਂ ਸਾਰਿਆਂ ਦੇ ਹਿਰਦਿਆਂ ਵਿੱਚ ਉਸ ਜੋਤ ਦਾ ਅਨੁਭਵ ਹੋਵੇਗਾ ਫਿਰ ਸੇਵਾ ਬਲੁਖ ਕਰਦਾ ਹੈ ਤੋ ਇਹੋ ਜਿਹੇ ਭਾਗਾ ਵਾਲੇ ਮਰੋ ਖੰਨ ਜਿਹੜੇ ਭਾਈ ਹੰਦਾਲ ਵਰਗੇ ਅਸੀਂ ਨਿਸ਼ਕਾਮ ਸੇਵਾ ਦੀ ਗੱਲ ਕਰਦੇ ਗੁਰੂ ਜੀ ਨੇ ਇੱਕ ਸਵਾਲ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਇਹ ਦੱਸੋ ਕਿ ਸੰਸਾਰ ਦੇ ਵਿੱਚ ਮੇਲਿਆਂ ਦੇ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਸਤੂਰ ਜੀ ਬਿਰਾਜਮਾਨ ਹਨ ਤੇ ਉਹਨਾਂ ਨੇ ਸਿੱਖਾਂ ਨੇ ਇੱਕ ਸਵਾਲ ਕੀਤਾ ਮਹਾਰਾਜ ਜੀ ਚਿੰਤਾ ਬੜੀ ਘੇੜਦੀ ਹੈ ਇਸ ਜ ਸੰਸਾਰ ਦੇ ਵਿੱਚ ਮੇਲੇ ਐਸੇ ਹਨ ਚਿੰਤਾ ਲੱਗੀ ਰਹਿੰਦੀ ਹੈ ਮਾਇਆ ਦੇ ਕਈ ਰੂਪ ਜਿਹੜੇ ਹਨ ਉਹ ਆ ਕੇ ਸਾਡੇ ਰਾਹ ਘੇਰ ਲੈਂਦੀ ਹੈ। ਤਾਂ ਅਮਕ੍ਰੋਧ, ਲੋਭ, মোহ, ਹੰਕਾਰ ਇਹ ਮਨ ਤੇ ਹਮਲਾ ਕਰਦੇ ਹੀ ਰਹਿੰਦੇ ਨੇ। ਦੁੱਖ, ਬਿਮਾਰੀ, ਗਰੀਬੀ, ਹੋਰ ਮੁਸੀਬਤਾਂ ਮਨ ਨੂੰ ਚਿੰਤਾ ਦੇ ਝੋਰੀਆਂ ਵਿੱਚ ਪਾ ਕੇ ਰੱਖਦੀਆਂ। ਐਸੀ ਦਸ਼ਾ ਤੋਂ ਬਚਣ ਦਾ ਉਪਾਅ ਪਾਤਸ਼ਾ ਕੀ ਹੈ? ਤੇ ਸਤਿਗੁਰੂ ਕਹਿਣ ਲੱਗੇ ਬਲ ਭਲੇਓ ਇਹ ਚਿੰਤਾ ਕਰਨੀ ਅਸਲ ਵਿੱਚ ਜੀਵਨ ਨੂੰ ਰੋਗੀ ਬਣਾਉਣਾ ਹੈ ਚਿੰਤਾ ਨਹੀਂ ਕਰਨੀ ਚਿੰਤਾ ਤੋਂ ਉੱਪਰ ਉੱਠ ਕੇ ਜ਼ਿੰਦਗੀ ਜਿਉਣੀ ਹੈ ਚਿੰਤਾ ਉਸਕਰਤਾਰ ਨੂੰ ਅੱਜ ਦੇ ਅਸੀਂ ਬੱਚੇ ਸਤਿਗੁਰੂ ਇਹ ਗੱਲ ਸਮਝਾਉਂਦੇ ਨੇ ਤੋਂ ਗੁਰੂ ਰਾਮਦਾਸ ਜੀ ਦਾ ਇੱਕ ਪ੍ਰਮੁੱਖ ਸਿੱਖ ਭਾਈ ਤੀਰਥਾ ਸੀ ਇੱਕ ਵਾਰ ਉਹ ਆਪਣੇ ਰਿਸ਼ਤੇਦਾਰਾਂ ਤੇ ਸਾਥੀਆਂ ਦੇ ਨਾਲ ਗੁਰੂ ਰਾਮਦਾਸ ਦੇ ਦਰਬਾਰ ਚ ਆਉਂਦਾ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਦਾ ਪਾਤਸ਼ਾਹ ਸਾਡੇ ਕਲਜੂ ਕੀ ਜੀਵਾਂ ਦਾ ਜਿਵੇਂ ਅਸੀਂ ਗੱਲਾਂ ਕਰਦੇ ਆ ਕਲਜੂ ਕੀ ਜੀਵਾਂ ਦਾ ਮਨ ਨਹੀਂ ਲੱਗਦਾ ਮਨ ਸ਼ਾਂਤ ਹੈਦਾ ਨਹੀਂ ਸੰਸਾਰ ਵਿੱਚ ਲੋਕੀ ਸ਼ਾਂਤੀ ਲਈ ਭਟਕ ਰਹੇ ਹਨ ਪਰ ਮਨ ਨੂੰ ਚੈਨ ਆਉਂਦਾ ਹੀ ਨਹੀਂ ਕਿਰਪਾ ਕਰਕੇ ਮਨ ਨੂੰ ਬਸ ਕਰਨ ਦਾ ਤੇ ਮਾਇਆ ਦੇ ਇਸ ਸੇਕ ਨਾਲ ਜਿਹੜੇ ਤਪ ਰਹੇ ਮਨ ਨੇ ਇਹਨੂੰ ਠੱਡਾ ਕਰਨ ਦਾ ਕੋਈ ਢੰਗ ਦੱਸੋ ਤੁਹ ਕਿਰਪਾ ਕਰੋ ਸਾਡੇ ਤੇ ਅਸਲ ਚ ਇਹ ਭਾਈ ਤੀਰਥੇ ਦੀ ਅਵਸਥਾ ਨਹੀਂ ਸੀ ਭਾਈ ਤੀਰਥੇ ਦੇ ਨਾਲ ਆਏ ਹੋਏ ਜਿਹੜੇ ਹੋਰ ਸੰਗਤ ਸੀ ਭਾਈ ਤੀਰਥਾ ਨੇ ਉਹਨਾਂ ਦੀ ਉਪਦੇਸ਼ ਕਰਨ ਦੇ ਲਈ ਗੁਰੂ ਰਾਮਦਾਸ ਜੀ ਕੇ ਬੇਨਤੀ ਕੀਤੀ ਤਾਂ ਕਿ ਉਹਨਾਂ ਨੂੰ ਵੀ ਸਿੱਕੀ ਦੀ ਮਾਰਗ ਦਾ ਪਤਾ ਲੱਗ ਜਾਏ ਸਤਗੁਰ ਸੱਚੇ ਪਾਤਸ਼ਾਹ ਦੀ ਦਾ ਜਵਾਬ ਸੀ ਬੜਾ ਕਮਾਲ ਦਾ ਸੀ ਕਹਿੰਦੇ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜਨ ਨਾਲ ਇਸ ਸੱਚ ਨੂੰ ਜੀਵਨ ਦਾ ਆਧਾਰ ਬਣਾਉਣ ਨਾਲ ਮਨ ਵਸ ਵਿੱਚ ਆਉਂਦਾ ਹੈ। ਮਨ ਜਿਹੜਾ ਹੈ ਉਹ ਐਵੇਂ ਨਹੀਂ ਵਸ ਵਿੱਚ ਆਉਂਦਾ। ਸੱਚ ਜ਼ਿੰਦਗੀ ਦਾ ਜਦ ਤੱਕ ਆਧਾਰ ਨਹੀਂ ਬਣਦਾ ਸਾਡੀ ਬੋਲਣੀ ਵਿੱਚ ਸਾਡੀ ਕਰਨੀ ਵਿੱਚ ਸਾਡੀ ਤਕੜੀ ਵਿੱਚ ਸਾਡੇ ਜੀਵਨ ਵਿੱਚ ਜਿੰਨੀਦਰ ਸੱਚ ਨਹੀਂ ਆਉਂਦਾ ਉਨੀ ਦੇਰ ਤੱਕ ਗੱਲ ਨਹੀਂ ਬਣਨੀ। ਹਰ ਪ੍ਰਕਾਰ ਦੀ ਪੂਜਾ ਛੱਡ ਕੇ ਜੋ ਉਹ ਪੂਜਾ ਛੱਡ ਦੋ ਜਿਹੜੀ ਬਿਰਤੀ ਨੂੰ ਖੜਾ ਦਿੰਦੀ ਹੈ। ਬੜੀ ਮਸਾਮ ਦੂਜੀਆਂ ਪੂਜਾ ਦੇ ਵਿੱਚ ਮਨ ਟਿਕਾਉਂਚ ਨਹੀਂ ਆਏਗਾ ਜਿੱਥੇ ਸਦਾ ਕਹਿਣ ਵਾਲ ਸਦਾ ਕਾਇਮ ਰਹਿਣ ਵਾਲਿਆ ਪਰਮਾਤਮਾ ਦੀ ਸਿਫਤਸਲਾ ਕੀ ਕਰਨ ਤੋਂ ਬਿਨਾਂ ਹੋਰ ਕੋਈ ਢੰਗ ਨਹੀਂ ਹੈ ਜਿੱਥੇ ਉਹਦੀ ਬੰਦਗੀ ਕਰਨੀ ਉੱਥੇ ਵਿਹਾਰ ਵੀ ਸੱਚ ਦਾ ਕਰਨਾ ਹੈ ਮੁੱਖੋਂ ਵੀ ਸੱਚ ਬੋਲਣਾ ਹੈ ਦਿਲ ਤੋਂ ਵੀ ਸਚਿਆਰ ਹੋਣਾ ਹੈ ਸੱਚ ਦੀ ਕਮਾਈ ਨਾਲ ਸੱਚੇ ਪ੍ਰਭੂ ਵਿੱਚ ਸਮਾਇਆ ਜਾ ਸਕਦਾ ਹੈ ਇਸ ਕਰਕੇ ਇਹ ਜੀਵਨ ਜਿਹੜਾ ਹੈ ਪ੍ਰੈਕਟੀਕਲ ਤੌਰ ਤੇ ਗੁਰੂ ਰਾਮਦਾਸ ਮਹਾਰਾਜ ਸਾਨੂੰ ਸਮਝਾਉਂਦੇ ਆ ਇੱਕ ਹੋਰ ਸਵਾਲ ਬੜਾ ਅਹਿਮ ਦਾ ਹੈ ਐ ਸਵਾਲ ਸੀ ਕਿ ਧਰ ਜਿਹੜੇ ਧਰਮ ਦੇ ਮਾਰਗ ਤੇ ਚੱਲਦਾ ਹੈ ਮਨੁੱਖ ਉਹਨਾਂ ਦੇ ਅੰਦਰ ਇੱਕ ਕਈ ਵਾਰੀ ਇੱਕ ਸਵਾਲ ਆ ਜਾਂਦਾ ਹੈ ਜੇ ਖਾਸ਼ ਹੁੰਦੀ ਹੈ ਕਿ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਕਿੱਦਾਂ ਮਿਲੇ ਆਪਾਂ ਨੇ ਵੀ ਸਾਰਿਆਂ ਦੇ ਇੱਕ ਦਿਖਿਆਲ ਆਉਂਦਾ ਹੀ ਹੋਏਗਾ ਕਈ ਤਰ੍ਹਾਂ ਦੇ ਧਰਮ ਕਰ ਇਸੇ ਇਸੇ ਕੰਮ ਲਈ ਕੀਤੇ ਜਾਂਦੇ ਨੇ ਵੀ ਅਸੀਂ ਮੁਕਤੀ ਰਹਿ ਹੋ ਜਾਈਏ ਤੇ کئی ਤਰ੍ਹਾਂ ਦੇ ਧਰਮ ਕਰਵਾਤ ਸੰਸਾਰ ਚ ਜਿੰਨੇ ਘੇਰੇ ਦੂਰੇ ਚਲਦੇ ਨੇ ਇਸੇ ਤਰ੍ਹਾਂ ਹੀ ਚਲਦੇ ਆ ਇਸੇ ਹਿਸਾਬ ਨੂੰ ਜਾ ਕੇ ਚਲਦੇ ਵੀ ਉਹਨਾਂ ਨੂੰ ਲੋਕਾਂ ਦਾ ਡਰ ਪੈਦਾ ਕਰ ਦਿਓ ਤੇ ਡਰ ਪੈਦਾ ਕਰਕੇ ਉਹਨਾਂ ਨੂੰ ਆਪਣੀ ਮਗਰ ਲਾ ਲਓ ਭਾਈ ਮਾਨਕ ਚੰਦ ਜੀ ਇਹ ਭਾਈ ਮਾਰਿਕ ਚੰਦ ਜੀ ਆਉਂਦੇ ਨੇ ਗੁਰੂ ਦਰਬਾਰ ਦੇ ਵਿੱਚ ਤੇ ਭਾਈ ਪੂਰੋ ਤੇ ਭਾਈ ਮਿਸ਼ਨ ਦਾਸ ਦੇ ਨਾਮ ਵੀ ਉਹਨਾਂ ਦੇ ਨਾਲ ਆਉਂਦੇ ਨੇ ਉਹ ਆ ਕੇ حاضر ਹੋਏ ਤੇ ਕਹਿਣ ਲੱਗੇ ਪਾਤਸ਼ਾਹ ਕੋਈ ਐਸਾ ਰਾ ਦੱਸੋ ਜਿਸ ਕਰਕੇ ਸਾਡਾ ਜਨਮ ਮਰਨ ਕਟਿਆ ਜਾਵੇ ਸਤਿਗੁਰੂ ਜੀ ਨੇ ਅੱਗੋਂ ਬਚਨ ਕੀਤਾ ਵੀ ਇਹ ਆਪਣੇ ਦੀ ਜਿਹੜੀ ਭਾਵਨਾ ਹੈ ਨਾ ਆਪਣੇ ਤੱਕ ਸੀਮਤ ਰਹਿਣ ਦੀ ਇਹ ਬੰਦੇ ਨੂੰ ਮਾਇਆ ਦੇ ਮੋਹ ਦੇ ਜਾਲ ਚ ਫਸਾਈ ਰੱਖਦੀ ਹੈ ਤੁਸੀਂ ਤਾਂ ਮਤਲਬ ਹੀ ਹੋ ਮਤਲਬ ਹੀ ਭਾ ਜਿਹੜੇ ਆਪਣੇ ਮਤਲਬ ਦੀ ਭਾਵਨਾ ਦੇ ਨਾਲ ਗੱਡੀ ਨਹੀਂ ਚੱਲਦੀ ਆਪਣੇ ਤੋਂ ਉੱਪਰ ਉਠੋ ਪਹਿਲਾਂ ਮੱਝ ਇਹ ਦ੍ਰਿੜ ਕਰ ਲੋ ਕਿ ਇਹ ਸਾਰਾ ਕੁਝ ਮੇਰੇ ਕਰਤਾਰ ਦਾ ਹੈ ਉਸ ਮੇਰੇ ਮਾਲਕ ਦਾ ਹੈ ਇਹ ਸਰੀਰ ਨੂੰ ਆਪਣਾ ਕਹੀਦਾ ਹੈ ਇਹ ਸਰੀਰ ਤਾਂ ਤੁਹਾਡਾ ਹੈ ਨਹੀਂ ਇਹ ਜਿੰਨਾ ਚਿਰ ਕਾਇਮ ਹੈ ਜਿੰਨਾ ਚਿਰ ਮਾਲਕ ਨੇ ਇਹਨੂੰ ਰੱਖਣਾ ਹੈ ਜਿੰਨਾ ਚਿਰ ਇਸ ਵਿੱਚ ਪ੍ਰਭੂ ਦੀ ਜੋਤ ਹੈ ਉਨੀ ਦੇਰ ਹੀ ਇਹਨੇ ਰਹਿਣਾ ਹੈ ਇਹ ਧੀਆਂ ਪੁੱਤਰ ਧਨ ਜਦਾਦ ਇਹ ਜਿਹੜੀ ਜਿਨ੍ਹਾਂ ਦੀ ਜਨਰਵ ਅਸੀਂ ਆਪਣਾ ਕਹਿੰਦੇ ਆ ਇਹ ਆਤਮਿਕ ਮੌਤ ਦਾ ਕਾਰਨ ਬਣ ਜਾਂਦੇ ਹੈ ਸੰਸਾਰ ਨੂੰ ਇਉਂ ਸਮਝੋ ਜਿਵੇਂ ਬੀੜੀ ਦੇ ਯਾਤਰੀ ਬੀੜੀ ਸਫਰ ਕਰਦੇ ਨੇ ਤੇ ਯਾਤਰਾ ਕਰਨ ਤੋਂ ਬਾਅਦ ਘਰੋ ਘਰੀ ਚਲੇ ਜਾਂਦੇ ਨੇ ਇਹ ਮੁਸਾਫਰਾ ਵਰਗਾ ਸ ਹੈ ਜਗਤ ਮੁਸਾਫਰਾ ਵਰਗਾ ਹੈ ਤਾਂ ਸਤਿਗੁਰੂ ਜੀ ਕਹਿ ਲੱਗੇ ਵੀ ਜਦੋਂ ਮਨੁੱਖ ਦੀ ਸੋਚ ਇਹ ਹੋਏਗੀ ਵੀ ਸੰਸਾਰ ਨਾਸ਼ਵਨ ਅਥਰਥ ਰਹਿਣ ਵਾਲਾ ਨਹੀਂ ਫਿਰ ਪ੍ਰਭੂ ਉਹਨਾਂ ਸੇਵਕਾਂ ਦੀ ਪੈਜ ਆਪ ਰੱਖਦਾ ਹੈ ਉਹਨਾਂ ਦਾ ਰਾਜਕ ਤੇ ਪਾਲਕ ਵੀ ਉਹ ਆਪ ਬੰਦਾ ਹੈ दुख कष्टਾਂ ਦੀ ਨਿਵਰਤੀ ਵੀ ਉਹ ਆਪ ਕਰਦਾ ਹੈ ਆਪਣਤ ਦੀ ਭਾਵਨਾ ਨੂੰ ਮਾਰ ਕੇ ਜਿਹੜੇ ਸੈਲਫ ਜਿਹਨੂੰ ਅਸੀਂ ਕਹਿੰਦੇ ਆ ਸੈਲਫਿਸ਼ਡ ਦਾਸ ਦੀ ਭਾਵਨਾ ਜਦੋਂ ਬੰਦਾ ਇਹਨਾਂ ਨੂੰ ਮਾਰਦਾ ਤੇ ਗੁਰੂ ਸੰਗਤਾਂ ਤੇ ਲੋੜਵੰਦਾਂ ਦੀ ਸੇਵਾ ਵਿੱਚ ਜੁੜ ਜਾਂਦਾ ਉਦੋਂ ਇਹ ਆਪ ਵੀ ਨਹੀਂ ਆਪਣੇ ਪਰਿਵਾਰ ਕੋਲੋਂ ਵੀ ਫਿਰ ਉਸ ਸੇਵਾ ਦਾ ਕੰਮ ਕਰਾਉਂਦਾ ਹੈ ਤੇ ਸਾਰੇ ਆਪਣੇ ਆਪ ਨੂੰ ਗੁਰੂ ਦਾ ਟਹਿਲੀਆ ਸਮਝਣ ਭਾਵ ਸੇਵਾਦਾਰ ਸਮਝਣ ਇਹ ਭਾਵਨਾ ਸਾਡੇ ਅੰਦਰ ਵੀ ਹੋਣੀ ਚਾਹੀਦੀ ਹੈ ਜਿਵੇਂ ਅਸੀਂ ਗੁਰੂ ਦੇ ਟਹਿਲਿਆ ਜਿਹੜੇ ਮਰੁੱਖਾਂ ਦੇ ਵਿਚਾਰਾਂ ਦੇ ਇਹੋ ਜਿਹੇ ਵਿਚਾਰ ਬਣ ਜਾਂਦੇ ਨੇ ਉਹਦਾ ਰਖ ਆਪ ਸਤਿਗੁਰੂ ਨਿਰੰਕਾਰ ਬਣ ਜਾਂਦਾ ਜਿਵੇਂ ਘੋੜੇ ਦੀ ਸਵਾਰੀ ਕਰਨ ਤੋਂ ਮਗਰੋਂ ਘੋੜੇ ਦੇ ਮਾਲਕ ਘੋੜੇ ਨੂੰ ਮਾਲਕ ਦੇ ਬੂਹੇ ਤੇ ਲਿਆ ਕੇ ਨੌਕਰ ਬੰਦ ਦਿੰਦੇ ਨੇ ਤਾਂ ਘੋੜੇ ਦੀ ਸਾਰੀ ਚਿੰਤਾ ਮਾਲਕ ਨੂੰ ਹੁੰਦੀ ਆ ਇਦਾਂ ਹੀ ਜਿਹੜੇ ਆਪਣਾ ਆਪ ਛੱਡ ਕੇ ਪ੍ਰਭੂ ਦੇ ਹੋ ਜਾਂਦੇ ਆ ਉਹਨਾਂ ਨੂੰ ਚਿੰਤਾ ਉਹਨਾਂ ਦੀ ਚਿੰਤਾ ਪ੍ਰਭੂ ਕਰਦਾ ਹੈ ਤੇ ਚਿੰਤਾ ਗਈ ਤੇ ਸਮਝੋ ਮਾਨਸਿਕ ਸ਼ਾਂਤੀ ਆ ਗਈ। ਬਸ ਭਾਈ ਮਾਰਕ ਚੰਦ ਜੀ ਉਹਨਾਂ ਦੇ ਸਾਥੀਆਂ ਨੇ ਇਹ ਉਪਦੇਸ਼ ਨੂੰ ਆਪਣੇ ਪੱਲੇ ਬੰਨ ਲਿਆ। ਤੋ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਦੀ ਜੀਵਨੀ ਦੇ ਵਿੱਚੋਂ ਬਹੁਤ ਸਾਰੇ ਸਿੱਖਾਂ ਦੀਆਂ ਕਾਥਾ ਮਿਲਦੀਆਂ ਹਨ ਜਿਹਨਾਂ ਨੂੰ ਗਲਾਈ ਬਗਾਏ ਫਿਰ ਸਮਾਂ ਮਿਲਣ ਤੇ ਆਪ ਜੀ ਨੇ ਮੈਂ ਜ਼ਿਕਰ ਕਰਦਾ ਜਾਵਾਂਗਾ ਕਿਤੇ ਫਿਰ ਸਮਾਂ ਮਿਲਿਆ ਕਿਉਂਕਿ ਇੰਨਾ ਕੀ ਸਮਾਂ ਅਜ ਮੇਰੇ ਕੋਲ ਸੀ ਜਿਹੜਾ ਮੈਂ ਆਪ ਜੀ ਦੇ ਨਾਲ ਹਾਜ਼ਰੀ ਭਰ ਸਕਿਆ ਹਾਂ। ਤੋ ਅੱਜ ਦੀ ਵਿਚਾਰ ਨੂੰ ਇੱਥੇ ਸਪੂਰਤ ਕਰਦਾ ਹੋਇਆ ਆਪ ਜੀ ਪਾਸੋਂ ਗਈਆਂ ਭੁੱਲਾਂ ਦੀ ਦੋ ਹੱਥ ਜੋੜ ਕੇ ਮਾਫੀ ਮੰਗ ਰਹਾ ਹਾਂ ਤੇ ਸਦਾ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬੋਧ